ਸਾਤਸਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉੱਗੇ ਵਿਦਵਾਨ ਪ੍ਰੋਫੈਸਰ ਬਲਕਾਰ ਸਿੰਘ ਮੌਜੂਦ ਨੇ ਅਸੀਂ ਗੱਲਬਾਤ ਅੱਜ ਕਰਾਂਗੇ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਰਬਨੋ ਗ੍ਰੰਥ ਦੇ ਵਿੱਚ ਕੀ ਫਰਕ ਹੈ ਜਿਹਨੂੰ ਲੈ ਕੇ ਚਰਚਾ ਸਿੰਘੂ ਬਾਰਡਰ ਤੇ ਹੋਏ ਕਤਲ ਤੋਂ ਬਾਅਦ ਛਿਲੀ ਹੈ ਨਿਹੰਗ ਜਥੇਬੰਦੀਆਂ ਤੇ ਵੀ ਸਵਾਲ ਉੱਠਦੇ ਨੇ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੱਖ-ਵੱਖਰੇ ਗ੍ਰੰਥ ਨੂੰ ਕਿਸ ਤਰ੍ਹਾਂ ਮਾਨਤਾ ਦਿੰਦੇ ਨੇ ਭਾਵੇਂ ਦਸਮ ਗ੍ਰੰਥ ਹੋਵੇ ਭਾਵੇਂ ਸੂਰਜ ਪ੍ਰਕਾਸ਼ ਗ੍ਰੰਥ ਦੀ ਗੱਲ ਹੋਵੇ ਤੇ ਨਾਲ ਨਾਲ ਗੱਲ ਸਿਆਸਤ ਦੀ ਵੀ ਹੋਏਗੀ ਜਦੋਂ ਕੈਪਟਨ ਅਮਰਿੰਦਰ ਸਿੰਘ ਹਰਾਂ ਦੇ ਹਮਾਇਤੀ ਜਾਂ ਕੈਪਟਨ ਸਾਹਿਬ ਕਹਿੰਦੇ ਨੇ ਕਿ 84 ਦੇ ਵਿੱਚ ਅਸਤੀਫਾ ਦਿੱਤੇ ਇੱਕ ਵੱਡੀ ਕੁਰਬਾਨੀ ਦੇ ਕੇ ਅਸੀਂ ਪੰਜਾਬ ਨੂੰ ਬਲਦੀ ਦੇ ਮੂੰਹ ਚੋਂ ਕੱਢਿਆ ਆਪਣਾ ਇਤਰਾਜ਼ ਜਤਾਇਆ ਅੱਜ ਵੀ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਜੋ ਕੰਮ ਕਹਿੰਦੇ ਕੈਪਟਨ ਸਾਹਿਬ ਕਰ ਸਕਦੇ ਨੇ ਉਹ ਕੋਈ ਨਹੀਂ ਕਰ ਸਕਦਾ ਪਰ ਕੀਤਾ ਕੀ ਇੰਨੇ ਸਾਲਾਂ ਦੇ ਵਿੱਚ ਜਦੋਂ 84 ਦੇ ਆ ਕਤਲਿਆਣ ਦੇ ਮਾਮਲੇ ਦੇ ਵਿੱਚ ਅੱਜ ਤੱਕ ਇਨਸਾਫ ਨਹੀਂ ਮਿਲਿਆ ਦੂਜੇ ਪਾਸੇ ਅਕਾਲੀ ਦਲ ਬਾਦਲ ਤੇ ਸਵਾਲ ਉੱਠਦੇ ਨੇ ਆਪਣੇ ਆਪ ਨੂੰ ਪੰਥ ਦੀ ਨੁਮਾਇੰਦਾ ਜਥੇਬੰਦੀ ਅਖਵਾਉਂਦੀ ਹੈ ਪਰ ਪੰਥਕ ਜਥਫਾ ਦੇ ਵਿੱਚ ਅਕਾਲੀ ਦਲ ਦੀ ਅੱਜ ਦੀ ਸਥਿਤੀ ਕੀ ਹੈ ਬੇਅਦਬੀ ਵਾਲੇ ਮਸਲੇ ਨੂੰ ਲੈ ਕੇ ਜਦੋਂ ਅਕਾਲੀ ਦਲ ਕਹਿੰਦਾ ਹੈ ਕਿ ਇਨਸਾਫ ਨਹੀਂ ਮਿਲਿਆ ਇਸ ਕਰਕੇ ਉਸ ਰੋਸ ਦੇ ਵਿੱਚੋਂ ਕਠੜਾ ਨੂੰ ਅੰਜਾਮ ਦੇ ਤਾਲ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਪਰ ਲੋਕ ਅਕਾਲੀ ਦਲ ਨੂੰ ਪੁੱਛਦੇ ਨੇ ਕਿ ਤੁਸੀਂ ਬੇਅਦਬੀ ਵਾਲੇ ਮਸਲਿਆਂ 'ਤੇ ਇਨਸਾਫ ਦੇਣ ਲਈ ਕੀ ਕੀਤਾ ਜਥੇਦਾਰ ਸਾਹਿਬ ਵੀ ਇਹਦੇ ਉੱਤੇ ਬਿਆਰ ਦੇ ਰਹੇ ਨੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਜਿਕਾ ਖਾਲਸਾ ਬਗਤ ਕੀ ਫੜੇ ਆਈ ਗੁਰ ਜੀ ਕਿਪਤੇ ਪ੍ਰੋਫੈਸਰ ਜੀ ਸਭ ਤੋਂ ਪਹਿਲਾਂ ਸਰਬਲੋਗ ਗ੍ਰੰਥ ਬਾਰੇ ਥੋੜਾ ਦੱਸਿਓ ਕਿ ਲੋਕ ਜਾਣਨਾ ਚਾਹੁੰਦੇ ਨੇ ਕਿ ਸਰਬਲੋਗ ਗ੍ਰੰਥ ਕਿਸ ਦੀ ਰਚਨਾ ਹੈ ਕਿੱਥੋਂ ਆਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜਾਂ ਦਸਮ ਗ੍ਰੰਥ ਦਾ ਇਹ ਸਾਰਾ ਕੁਝ ਨਾਲ ਰਹਿਣਾ ਨਿਹੰਗ ਜਥੇਬੰਦੀਆਂ ਦੇ ਕੋਲ ਹੀ ਉਹ ਸਤਿਕਾਰ ਦਿੱਤਾ ਹੈ ਇਹ ਕਿਵੇਂ ਆ ਇਹ ਇੱਕ ਤੇ ਸੁਖਿੰਦਰ ਸਿੰਘ ਮੈਂ ਮੋਢੇ ਵਿੱਚ ਕਲੀਅਰ ਕਰਦੇ ਆ ਕਿ ਸਿੱਖ ਧਰਮ ਦੇ ਵਿੱਚ ਸਿੱਖ ਕਲਚਰ ਦੇ ਤੌਰ ਤੇ ਕੁਝ ਕੁ ਵਖਰੇਵੇਂ ਜਿਹੜੇ ਨੇ ਪਹਿਲਾਂ ਹੋ ਗਏ ਹੋਏ ਨੇ ਔਰ ਲਗਾਤਾਰ ਹੋ ਰਹੇ ਨੇ ਇਹ ਨਹੀਂ ਵੀ ਹੋ ਗਏ ਨੇ ਤੇ ਹੁਣ ਨਹੀਂ ਹੋ ਰਹੇ ਪਹਿਲਾਂ ਹੋ ਰਹੇ ਨੇ ਉਹ ਵਖਰੇਵੇਂ ਵਿੱਚ ਜਿਹੜਾ ਨਿਹੰਗ ਸਿੰਘ ਦਾ ਸੰਗਤ ਹੈਗਾ ਜਥੇ ਦਾ ਜਥੇ ਨੇ ਉਹ ਸਿੱਖ ਕਲਚਰ ਦਾ ਹਿੱਸਾ ਤੇ ਹਨ ਉਸ ਦਾ ਸਿੱਖ ਮੇਨਸਟ੍ਰੀਮ ਦਾ ਹਿੱਸਾ ਨਹੀਂ ਹਨ ਇਹ ਉਹ ਇਤਸੇਤਰਾ ਹੀ ਮਤਲਬ ਰਾਲਾ ਸਵਾਮੀ ਕੂਕੇ ਨੰਕਾਰੇ ਇਹ ਵੀ ਸਿੱਖਤਰ ਵਿੱਚੋਂ ਹੀ ਨਿਕਲੇ ਹੋਏ ਨੇ ਇਹ ਸਿੱਖ ਕਲਚਰ ਦੇ ਨਾਲ ਇਹਨਾਂ ਦਾ ਸਬੰਧ ਹੈ ਸਿੱਖ ਰਿਲੀਜਨ ਨਾਲੋਂ ਟੁੱਟਦੇ ਜਾਂਦੇ ਨੇ ਹੌਲੀ-ਹੌਲੀ ਇਹਨਾਂ ਨੂੰ ਅਸੀਂ ਡੇਰੇ ਕਹਿਣ ਲੱਗ ਪਏ ਆਂ ਅੰਗਰੇਜ਼ੀ ਵਿੱਚ ਇਹਨਾਂ ਦਾ ਸਿਜਮੈਟਿਕ ਕਹਿੰਦਾ ਮਤਲਬ ਇਹਨਾਂ ਨੂੰ ਡੇਰੇ ਕਹਿੰਦੇ ਹੁਣ ਉਹਦੇ ਵਿੱਚ ਇਹ ਹੈ ਕਿ ਹਰ ਸੰਸਥਾ ਜਿਹੜੀ ਹੈ ਉਹ ਆਪਣਾ ਆਪਣਾ ਕੋਈ ਨਾ ਕੋਈ ਕੰਮ ਕਰਦੀ ਰਹਿੰਦੀ ਹੈ ਨਿਹੰਗ ਡੇਰੇ ਦੇ ਜਿਹੜੇ ਕਿਉਂਕਿ ਫੋਕਸ ਵਿਸ ਨਿਹੰਗ ਸਿੰਘੂ ਬਾਲਰ ਨੂੰ ਲੈ ਕੇ ਆਇਆ ਇਸ ਵੇਲੇ ਨਿਹੰਗਾਂ ਨੇ ਮਤਲਬ ਆਪਣੇ ਤੌਰ ਤੇ ਸਦਾ ਹੀ ਦਸਮਗ੍ਰੰਥ ਨੂੰ ਦੀਵਾਲਾ ਪ੍ਰਕਾਸ਼ ਹੈ ਉਹ ਗੁਰਗ੍ਰੰਥ ਸਾਹਿਬ ਦੇ ਬਰਾਬਰ ਕਰਕੇ ਰੱਖਿਆ ਹੈ ਰਾਜਾ ਤਖਤ ਹਜੂਰ ਸਾਹਿਬ ਵੀ ਹੋ ਰਿਹਾ ਹੈ ਤਖਤ ਪਟਨਾ ਸਾਹਿਬ ਵੀ ਹੋ ਰਿਹਾ ਪਰ ਇਥੇ ਇਹਨਾਂ ਨੇ ਆਪਣੇ ਆਪਣੇ ਡੇਰੇਆਂ ਚ ਰੱਖਿਆ ਹੋਇਆ ਹੈ ਹੁਣ ਬਾਕੀ ਥਾਵਾਂ ਤੇ ਗੁਰਦੁਆਰਿਆਂ ਚ ਨਹੀਂ ਰਿਹਾ ਜਿਹੜੇ ਸ਼ਰਮਣੀਕ ਬੇਟੀ ਦੇ ਨੇ ਜਾਮ ਗੁਰਦੁਆਰੇ ਲੋਝਾ ਨਹੀਂ ਇਥੇ ਹੈਗਾ ਇਹ ਦਸਵ ਗ੍ਰੰਥ ਵਿੱਚੋਂ ਹੀ ਇੱਕ ਗ੍ਰੰਥ ਨਿਕਲਿਆ ਹੋਇਆ ਹੈ ਸਰਬ ਲੋਕ ਗ੍ਰੰਥ ਉਹ ਉਹ ਜਿਹੜਾ ਸਰਬ ਲੋਕ ਗ੍ਰੰਥ ਹੈ ਉਹ ਹੈਗਾ ਬਾਬਾ ਸੰਤਾ ਸਿੰਘ ਨੇ ਉਹਨੂੰ ਸੰਪਾਦਿਤ ਕੀਤਾ ਸੀ ਉਹ ਕਥਾ ਮਤਲਬ ਜਿਹੜੀ ਉਹ ਕਥਾ ਕਰਦੇ ਸੀ ਉਹਦੇ ਚੋਂ ਉਹ ਉਹਨਾਂ ਨੇ ਉਹਨ ਸਰਬ ਲੋਕ ਰਹਿੰਦੇ ਤਾਂ ਤੇ ਸੰਭਾਲ ਕਰਤਾ ਉਹ ਨਿਹੰਗਾਂ ਲਈ ਕਿਉਂਕਿ ਉਹ ਨਿਹੰਗ ਮੁਖੀ ਦਾ ਸੰਬੰਧਨ ਕੀਤਾ ਹੋਇਆ ਸੀ ਇਸ ਕਰਕੇ ਉਹ ਕੰਟੀਨਿਊਟੀ ਵਾਸਤੇ ਨਿਹੰਗਾਂ ਨੇ ਉਹਨੂੰ ਅਡਾਪਟ ਕਰ ਲਿਆ ਐਜ਼ ਕਥਾ ਕਰਨ ਵਾਸਤੇ ਕਿਉਂਕਿ ਉਹ ਜਿਵੇਂ ਸੰਤਾ ਸਿੰਘ ਕਰਦੇ ਹੁੰਦੇ ਸੀ ਉਵੇਂ ਉਹ ਕੰਟੀਨਿਊ ਕਰਦੇ ਰਹੇ ਹੁਣ ਉੱਥੇ ਮਤਲਬ ਇੱਕ ਸਿੰਘੂ ਬਾਲਰ ਤੇ ਵੀ ਇਹੀ ਹੋਇਆ ਕਿ ਜਦੋਂ ਬੇਦਵੀ ਦਾ ਮਾਮਲਾ ਆਇਆ ਤੇ ਉਹਨਾਂ ਨੇ ਸਰਬ ਲੋਕ ਰਹਿੰਦੇ ਕਿ ਲਿਖਾ ਦਿੱਤਾ ਹੁਣ ਸਰਬ ਲੋਕ ਗ੍ਰੰਥ ਜਿਹੜਾ ਹੈ ਉਹ ਤੇ ਮਤਲਬ ਕਹਿੰਦੇ ਨੇ ਵੀ ਇਹ ਗੁਰੂ ਗ੍ਰੰਥ ਸਾਹਿਬ ਤਾਂ ਨਹੀਂ ਹੈ ਉਹਦੇ ਮਤਲਬ ਉਹਦੀ ਉਹਦੀ ਬੇਦਬੀ ਕਿਵੇਂ ਪਰ ਸਵਾਲ ਤੇ ਹੈ ਨਾ ਕਿ ਇਹ ਬਿਨਿਆੰਗੋ ਨੂੰ ਪਵਿੱਤਰ ਗ੍ਰੰਥ ਦੇ ਤੌਰ ਤੇ ਆਪਣੇ ਤੋਂ ਰੱਖੀ ਬੈਠਿਆ ਨਹੀਂ ਤੇ ਉਹਨਾਂ ਨੇ ਤੇ ਉਹ ਸੈਂਕਟਮ ਸੰਟੋਰੀਅਮ ਜਿਹੜਾ ਹੈ ਪਵਿੱਤਰ ਜਗਾ ਜਿਹੜੀ ਹੈ ਉਹਦੇ ਨਾਲ ਤੱਲਕ ਹੈ ਉਹਨਾਂ ਨੇ ਜੋ ਕੁਛ ਉਥੇ ਕੀਤਾ ਉਹ ਉਹਨਾਂ ਨੇ ਆਪਣੇ ਜਿਹੜੀ ਪਰੰਪਰਾ ਦੇ ਹਿਸਾਬ ਨਾਲ ਕਰ ਦਿੱਤਾ ਉਸ ਸਿੱਖ ਸਿਧਾਂਤ ਦੇ ਹਿਸਾਬ ਨਾਲ ਨਹੀਂ ਹੋਇਆ ਸਿੱਖ ਸਿਧਾਂਤ ਦੇ ਹਿਸਾਬ ਨਾਲ ਉਹ ਦਿਖ ਜਾਣ ਦੀ ਲੋੜ ਨਹੀਂ ਹੈ ਉਹਨੂੰ ਮਗਰਲ ਨਹੀਂ ਹੰਗਾ ਪਰੰਪਰਾਵੇ ਸਾਹਮਣੇ ਲਈ ਦੇਖੇ ਜਾਂਦੀ ਲੋੜ ਹੈ ਤੇ ਉਹ ਦੇਖ ਵੀ ਰਹੇ ਨੇ ਹੁਣ ਉਹ ਦੇਖੋ ਜਿਵੇਂ ਜਿਵੇਂ ਉਹ ਕਤਲ ਹੋਇਆ ਕਤਲ ਨਾਲ ਤਾਂ ਕੋਈ ਸਹਿਮਤ ਨਹੀਂ ਪਰ ਜਦੋਂ ਕਤਲ ਕਰਨ ਵਾਲਾ ਜਿਹੜਾ ਹੈ ਉਹ ਪਛਦਾ ਨਹੀਂ ਤੇ ਉਹਨੂੰ ਉਹਨੂੰ ਤੁਸੀਂ ਫਿਰ ਉਹਨੂੰ ਕਿਵੇਂ ਕਰ ਸਕਦੇ ਹੋ ਉਹਨੇ ਆਖਿਆ ਵੀ ਮੈਨੂੰ ਜੋ ਠੀਕ ਲੱਗਿਆ ਮੈਂ ਕਰ ਦਿੱਤਾ ਹੁਣ ਤੁਹਾਨੂੰ ਜੋ ਠੀਕ ਲੱਗਦਾ ਕਰ ਲਓ ਇਹਦਾ ਮਤਲਬ ਹੋਇਆ ਕਿ ਸਿੱਖ ਪਰੰਪਰਾ ਤੇ ਦੇਸ਼ ਦਾ ਕਾਨੂੰਨ ਇਹ ਟਕਰਾਅ ਚ ਆ ਗਏ ਨੇ ਹੁਣ ਸਿੱਖ ਪਰੰਪਰਾ ਨੇ ਜੋ ਕਰਨਾ ਸੀ ਉਹ ਕਰ ਚੁੱਕੀ ਹੋਈ ਹੈ ਦੇਸ਼ ਇੱਕ ਕਾਨੂੰਨ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹਨੇ ਕੀ ਕਰਨਾ ਹੈ ਉਹ ਚੱਲ ਰਿਹਾ ਹੈ ਉਹਦੇ ਵਿੱਚ ਲੰਮੀਆਂ ਨਵੇਂ ਗੱਲ ਕਿ ਉਹ ਕਿ ਸਰਬਲੋਗ ਗ੍ਰੰਥ ਦੇ ਵਿੱਚ ਜੋ ਕੁਝ ਲਿਖਿਆ ਉਹ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਦਸਮ ਗ੍ਰੰਥ ਸਾਹਿਬ ਵਿੱਚੋਂ ਸੰਪਾਦਿਤ ਕੀਤਾ ਹੈ ਉਹ ਸਿੱਖੀ ਬਾਰੇ ਹੀ ਹੈ ਸਾਰਾ ਕੁਝ ਜਿਹੜਾ ਲਿਖਿਆ ਹੋਇਆ ਉਹ ਉਹ ਉਹਦੇ ਦਸਮ ਗ੍ਰੰਥ ਦੇ ਸਹਾਰੇ ਕਿਉਂ ਦਸਮ ਗ੍ਰੰਥ ਨੂੰ ਗ੍ਰੰਥ ਦੇ ਤੌਰ ਤੇ ਮੰਨ ਵੀ ਰਹੇ ਆ ਅਸੀਂ ਨਹੀਂ ਵੀ ਮੰਨ ਰਹੇ ਸਾਡਾ ਅਕਾਲ ਤਖਤ ਜਿਹੜਾ ਫੈਸਲਾ ਹੋਇਆ ਹੈ ਵੀ ਜਿਹਨੇ ਮੰਨਣਾ ਹੈ ਮੰਨੋ ਜਿਹਨੇ ਨਹੀਂ ਮੰਨਣਾ ਨਾ ਮੰਨੋ ਕੋਈ ਗੱਲ ਨਹੀਂ ਦੁਨੇ ਪਾਸੇ ਜਿਹੜੇ ਨੇ ਕਾਇਮ ਨੇ ਇਸ ਕਰਕੇ ਨਿਹੰਗ ਜਥੇ ਇਹ ਮਦਦ ਇਹ ਮਾਲਾ ਰਹੀਆਂ ਨੇ ਜਦੋਂ ਤੁਸੀਂ ਕਹਿੰਦੇ ਹੋ ਕਿ ਨਿਹੰਗ ਜਿਹੜੇ ਨੇ ਉਹ ਸਿੱਖ ਪੰਥ ਦਾ ਹਿੱਸਾ ਨਹੀਂ ਉਹ ਇੱਕ ਕਲਚਰ ਨਹੀਂ ਨਹੀਂ ਸਿੱਖ ਪੰਥ ਦਾ ਹਿੱਸਾ ਹੈ ਨਾ ਸਿੱਖ ਧਰਮ ਦਾ ਹਿੱਸਾ ਉਸ ਤਰ੍ਹਾਂ ਨਹੀਂ ਹਨ ਜਿਸ ਤਰ੍ਹਾਂ ਮਤਲਬ ਉਹ ਆਪਣੀ ਪਰੰਪਰਾ ਦੇ ਤੌਰ ਤੇ ਚੱਲ ਰਹੇ ਨੇ ਕਿਉਂਕਿ ਮੈਨੂੰ ਯਾਦ ਆ ਨਹੀਂ ਸਿੱਖ ਪੰਥੀ ਦੇ ਤੌਰ ਤੇ ਵੀ ਮੇਰੇ ਪੰਥਕ ਬਾਰੇ ਆ ਉਹਦੀ ਆਪਣੀ ਹੈ ਉਹਨਾਂ ਦਾ ਝੰਡੇ ਦਾ ਰੰਗ ਆਪਣਾ ਉਹਨਾਂ ਦੀ ਮਤਲਬ ਰਹਿਤ ਜਿਹੜੀ ਰੱਖਣੀ ਉਹ ਆਪਣੀ ਹੈ ਜੋ ਕੁਝ ਉੱਥੇ ਅਲੌਗਡ ਹੈ ਮਤਲਬ ਫਲਤ ਕਰੋ ਨਸ਼ਾ ਲਾਉੜਾ ਹੈ ਸਾਲੇ ਨਹੀਂ ਲਾਉੜਾ ਹੈ ਹੋਰ ਕਿਤੇ ਹੁਣ ਇਸ ਕਰਕੇ ਉਹ ਕੁਝ ਗੱਲਾਂ ਜੜੀਆਂ ਨੇ ਉਹ ਪੈ ਗਈਆਂ ਇਸ ਕਰਕੇ ਮੈਂ ਉਹਨੂੰ ਡਿਸਟਿੰਕਸ਼ਨਲ ਕਰਨ ਵਾਸਤੇ ਕਹਿ ਰਿਹਾ ਸੀ ਵੈਸੇ ਤੇ ਪੰਥ ਦਾ ਉਹ ਹਿਸਾਬ ਨੇ ਉਹ ਮੈਂ ਤੇ ਮੈਂ ਸਮਝਦਾ ਵੀ ਸਾਲੇ ਧਰਮ ਦਾ ਜੋ ਆਪਣੇ ਨੂੰ ਸਿੱਖ ਮੰਨਦਾ ਉਹ ਹੀ ਸਿੱਖ ਹੈ ਜਿਵੇਂ ਸਾਲੇ ਪਰੰਪਰਾ ਨੂੰ ਜਿਹੜੀ ਹੈ ਆਪਣੇ ਆਪ ਨੂੰ ਪੰਥਕ ਮੰਨਦੇ ਤੇ ਪੰਥਕ ਰਹਿਣ ਪਰ ਜਦੋਂ ਅਸੀਂ ਕੋਈ ਕ੍ਰਾਈਟਰੀਆ ਅਡਾਪਟ ਕਰਾਂਗੇ ਉਹਦੇ ਵਿੱਚ ਪੂਰੇ ਨਹੀਂ ਉਤਰ ਲਗੇ ਇਸ ਕਰਕੇ ਉਹਨਾਂ ਦੇ ਬਾਰੇ ਵਿੱਚ ਬਹੁਤ ਵੱਡਾ ਅਲੱਗ ਇਸ਼ੂ ਹੈ ਉਹ ਮਤਲਬ ਇੱਕ ਇੰਡੀਪੈਂਡੈਂਟ ਉਹਨਾਂ ਦਾ ਹਿਸਾਬ ਕਿਤਾਬ ਹੈ ਉਹ ਆਪਣੇ ਆਪ ਨੂੰ 96 ਕਰੋੜੀ ਸਮਝਦੇ ਨੇ ਉਹ ਆਪਣੇ ਆਪ ਨੂੰ ਮਤਲਬ ਨੀਲਾ ਨਿਲੰਬਰ ਧਾਰਾ ਦੇ ਮਤਲਬ ਪਰਤੀ ਨੇ ਸਮਝਦੇ ਨੇ ਸਭ ਨੇ ਠੀਕ ਹੈ ਉਹਨਾਂ ਦੇ ਕੁਝ ਨਹੀਂ ਕਰ ਸਕਦੇ ਆਪਾਂ ਪਰ ਉਹਨੂੰ ਜੇ ਹੁਣ ਅਸੀਂ ਅੱਜ ਦੇ ਹਿਸਾਬ ਨਾਲ ਸਿੱਖ ਤੇ ਜਲਾਣਾ ਬੜਾ ਲਿਬਰਲ ਹੈ ਨਾ ਨਿਹਾਗਲੇ ਲਿਬਰਲਾਈ ਹਾਂ ਜਾਂ ਇਸ ਕਰਕੇ ਸਿੱਖੀ ਵਿੱਚ ਮਤਲਬ ਅਸੀਂ ਕਦੇ ਸਾਡੇ ਦਰਵਾਜ਼ੇ ਖੁੱਲੇ ਨੇ ਧਾਲੀ ਕਟਿਆ ਆਵੇ ਦੁੱਜਾ ਆਵੇ ਕੋਈ ਆਵੇ ਕੋਈ ਫਲਕਰੀ ਪੈ ਲੰਗਰ ਖੁੱਲਾ ਹੈ ਪਰ ਉਹ ਉਹ ਨਿਹੰਗਾਂ ਵਿੱਚ ਉਸ ਤਰ੍ਹਾਂ ਨਹੀਂ ਹੈ ਉਹ ਆਪਣਾ ਕਈ ਵਾਰਾਂ ਡਿਸਪਲਿਨ ਜਿਹੜਾ ਲਾਗੂ ਕਰ ਦਿੰਦੇ ਨੇ ਮੈਂ ਕਹਿਣਾ ਇਹ ਚਾਹਨਾ ਕਿ ਉੱਥੇ ਮਸਲਾ ਇਹ ਨਹੀਂ ਹੈ ਕਿ ਸਰਬ ਲੋਕ ਗ੍ਰੰਥ ਦੀ ਮਤਲਬ ਬੇਅਦਬੀ ਹੋਈ ਹੈ ਕਿ ਕਿਲਗੁਰੂ ਗ੍ਰੰਥ ਸਾਹਿਬ ਦੀ ਹੈ ਸਰਬ ਲੋਕ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰੀ ਪ੍ਰਕਾਸ਼ ਹੋਇਆ ਹੋਇਆ ਸੀ ਜਿਹੜੇ ਸੰਭਾਲਿਆ ਸੀ ਉਹਨਾਂ ਨੇ ਜਦੋਂ ਬੰਦਾ ਜਾਣਦਾ ਹੈ ਤੇ ਉਹਨਾਂ ਨੂੰ ਇਹ ਫਰਦ ਕਰੋ ਪਲੇਖਾ ਪੈ ਗਿਆ ਜਾਂ ਸ਼ੱਕ ਪੈ ਗਿਆ ਤੇ ਉਹਨਾਂ ਦੀ ਜਿਹੜੀ ਪਰੰਪਰਿਕ ਜਿਹੜੀ ਹੈਗੀ ਆ ਪਹੁੰਚ ਉੰਜਰ ਹੋਈ ਤੇ ਉਹੀ ਪ੍ਰੋਵੋਕੇਸ਼ਨ ਵਿੱਚ ਉਹਨਾਂ ਨੇ ਕਰਤਾ ਇਹ ਮਤਲਬ ਮੈਂ ਤੇ ਸਮਝਦਾ ਕਿ ਇਹ ਐਕਸ਼ਨ ਦਾ ਰਿਐਕਸ਼ਨ ਹੈ ਉਹਨਾਂ ਨੇ ਕੀਤਾ ਜਦੋਂ ਕਈ ਗੱਲਾਂ ਉਹਨਾਂ ਦੇ ਧਿਆਨ 'ਚ ਸਨ ਕਿ ਬੇਇੱਜ਼ਤੀ ਹੋਈ ਜਾਂਦੀ ਹੈ ਕੋਈ ਬਸ ਲਿਆਇ ਨਹੀਂ ਮਿਲਦਾ ਮਤਲਬ ਇਸ ਤੇ ਤੇ ਲਿਆਇ ਜਿਹੜਾ ਮੌਕੇ ਤੇ ਕਰਤਾ ਉਹਨਾਂ ਨੇ ਹੁਣ ਮੌਕੇ ਤੇ ਕੀਤਾ ਹਾਂ ਨਿਆਂ ਜਲਾਲ ਜਿਲ੍ਹਾ ਨੂੰ ਨਹੀਂ ਚੰਗਾ ਲੱਗਦਾ ਹਨ ਮਤਲਬ ਗੋਦੀ মিডিਆ ਨੇ ਇਹਨੂੰ ਸਾਰੇ ਨੂੰ ਮਤਲਬ ਖਾਲਸਤਾਨੀ ਰੰਗ ਵਿੱਚ ਲੈ ਦਿੱਤਾ ਨਿਹੰਗਾਂ ਦਾ ਖਾਲਸਤਾਨ ਨਾਲ ਕੋਈ ਟਲਕਣੀ ਹੈ ਨੰਗਾ ਵਿੱਚ ਕਦੇ ਕੋਈ ਖਾਲਸਤਾਨੀ ਨਹੀਂ ਹੋਇਆ ਪੈਟਰ ਸਾਹਿਬ ਕੀ ਨਿਹੰਗਾਂ ਦੇ ਦਲਪੰਥ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਪਸ਼ਟ ਨਹੀਂ ਕਰ ਦੇਣਾ ਚਾਹੀਦਾ ਸਾਹਮਣੇ ਆ ਕੇ ਕਿ ਉਹਨਾਂ ਦਾ ਸਿੱਖ ਪੰਥ ਨਾਲ ਕੀ ਲਾਗਾ ਦੇਗਾ ਕੀ ਲੈਣਾ ਦੇਣਾ ਇਹ ਇਹ ਨਹੀਂ ਕਰ ਸਕਦੇ ਜਥੇਦਾਰ ਸਾਹਿਬ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਪਹਿਲਾਂ ਤੋਂ ਹੀ ਅਲੱਗ ਹੈ ਉਹ ਜਦੋਂ ਮਤਲਬ ਕਾਲੀ ਫੂਲਾ ਸਿੰਘ ਵੇਲੇ ਤੋਂ ਲੈ ਕੇ ਉੱਥੇ ਜ਼ਿੰਮੇਵਾਰੀ ਜ਼ਿੰਮੇਵਾਰੀ ਉਹਨਾਂ ਕੋਲ ਸੀਗੀ ਨੇਂਗਾ ਕੋਲ ਜ਼ਿੰਮੇਵਾਰੀ ਰਹੀ ਆ ਉੱਥੇ ਬਹੁਤ ਅਕਾਲ ਤਖਤ ਦੀ ਤੇ ਅਕਾਲ ਤਖਤ ਦੀ ਮਰਿਆਦਾ ਜਿਹੜੀ ਹੈ ਉਹਦੇ ਵਿੱਚ ਉਹ ਮਤਲਬ ਜਿਹੜਾ ਉਹਨਾਂ ਦਾ ਸਰੂਪ ਹੈ ਜਿਹੜਾ ਉਹਨਾਂ ਦਾ ਕਿਰਦਾਰ ਹੈ ਉਹ ਕੋਈ ਐਜਾ ਕੋਈ ਸਿੱਖ ਧਰਮ ਦੇ ਵਿੱਚ ਚੁਭਵਾ ਨਹੀਂ ਹੈ ਕਿ ਉਹਦੇ ਬਾਰੇ ਫੈਸਲਾ ਲਿਆ ਜਾਏ ਉਹਨੂੰ ਉਹਦੇ ਨਾਲ ਇਹਦੇ ਜ਼ਿੰਮੇਦਾਰ ਉਸ ਤਰ੍ਹਾਂ ਸਹਿਮਤ ਨਹੀਂ ਉਹਨਾਂ ਨਾਲ ਪਰ ਉਹ ਇੱਕ ਭਾਈਚਾਰੇ ਦਾ ਅੰਗ ਹੋਣ ਕਰਕੇ 사ਲਾ ਹਿੱਸਾ ਹੋਣ ਕਰਕੇ ਉਹ ਇੱਕ ਡਿਫਰੈਂਟ ਅੰਗ ਨਾਲ ਚੱਲਦੇ ਨੇ ਚੱਲ ਲੈਂਦੇ ਉਹਨਾਂ ਨੇ ਅਕਸੈਪਟ ਕੀਤਾ ਆ ਸਾਰਿਆਂ ਨੇ ਅਕਾਲ ਤਖਤ ਦਾ ਜਥੇਦਾਰ ਇਸ ਵੇਲੇ ਇਸ਼ੂ ਨਹੀਂ ਲੈ ਸਕਦਾ ਕਿਉਂਕਿ ਜਥੇਦਾਰ ਅਕਾਲ ਸਕਦਾ ਇਸ਼ੂ ਕਿਵੇਂ ਲਾਊਗਾ ਇਹ ਜਿਹਨਾਂ ਦੇ ਜਥੇਬੰਦੀਆਂ ਜਿਹੜੀਆਂ ਨੇ ਉਹ ਪੰਥਕ ਸਪਿਰਟ ਤੋਂ ਬਾਹਰ ਤੇ ਹੈ ਨਹੀਂ ਪੰਥਕ ਸਪਿਰਟ ਦੇ ਅੰਦਰ ਨੇ ਪਰ ਉਹਨਾਂ ਦਾ ਜਿਹੜਾ ਸਾਰਾ ਵਰਤਾਰਾ ਹੈ ਉਹਨਾਂ ਚ ਜਿਹੜਾ ਵੇਲੜ ਐਲੀਮੈਂਟ ਹੈ ਉਹਨਾਂ ਚ ਜਿਹੜਾ ਕੰਮ ਨਾ ਕਰਨ ਦਾ ਹੁਣ ਸਿੱਖ ਧਰਮ ਜਿਹੜਾ ਬੇਸਿਕਲੀ ਵਰਕ ਕਲਚਰ ਦਾ ਧਰਮ ਹੈ ਲਿਆਂਗੇ ਜਿਹੜੇ ਨੇ ਉਹ ਵਰਕ ਕਲਚਰ ਦਾ ਤਰਮ ਨਹੀਂ ਹੈ ਉਹ ਤੇ ਆਪਣਾ ਮੌਜ ਮੌਜ ਚ ਰਹਿੰਦੇ ਨੇ ਘੋੜੇ ਆਲੇ ਚੜਨਾ ਸਵਾਰੀਆਂ ਕਰਲੀਆਂ ਨੇ ਦੂਜਾ ਕਰਨਾ ਉਹਨਾਂ ਨੇ ਕੰਮ ਕਮ ਕੋਈ ਨਹੀਂ ਕਰਨਾ ਪਰ ਉਹਨਾਂ ਦਾ ਕਹਿ ਰਿਹਾ ਚਲੋ ਕੰਮ ਤਾਂ ਹੋਰ ਵੀ ਫਦਰੇ ਨਹੀਂ ਕਰਦੇ ਹੋਣਗੇ ਪਰ ਮੈਂ ਇਹ ਸਮਝਾਏ ਆ ਕਿ ਇਹ ਅਕਾਲ ਤਖਤ ਤੇ ਜਥੇਦਾਰ ਦਾ ਇਸ਼ੂ ਨਹੀਂ ਹੈ ਅਕਾਲ ਤਖਤ ਤੇ ਜਥੇਦਾਰ ਸਰਪੰਚ ਭਾਈ ਰঞ্জੀਤ ਸਿੰਘ ਢੱਡਰੀ ਵਾਲੇ ਵੀ ਕਹਿਣਗੇ ਕਿ ਅਸੀਂ ਵੀ ਪੰਥਕ ਜਿਹੜਾ ਮੈਟਰ ਉਸੇ ਨੂੰ ਵਾਰਦੇ ਆ ਅਸੀਂ ਵੀ ਉਸੇ ਲੀਡ ਤੇ ਚੱਲਦੇ ਆ ਠੀਕ ਹੈ ਵਿਚਾਰਤਾ ਰ ਨਹੀਂ ਮਿਲਦੀ ਉਹ ਹੁਣ ਵੀ ਤੁਹਾਡੇ ਸਭ ਨੂੰ ਵੀਡੀਓ ਤੇ ਰਿਐਕਟ ਉਹਨਾਂ ਨੇ ਕੀਤਾ। ਉਹ ਵੀਡੀਓ ਤੇ ਉਹਨਾਂ ਨੇ ਰਿਐਕਟ ਕੀਤਾ ਮੈਂ ਸੁਣ ਲਈ। ਉਹ ਉਹਨਾਂ ਦੀ ਰਾਏ ਹੈ। ਉਹ ਉਹਨਾਂ ਦੀ ਇੱਕ ਐਂਗਲ ਤੋਂ ਲੈ ਰਾਏ ਦਿੱਤੀ। ਅਕਾਲ ਤਖਤ ਨੇ ਤਾਂ ਮਤਲਬ ਉਹਨੇ ਤੇ ਵੀ ਰਿਐਕਸ਼ਨ ਟੱਟੀਆਂ ਵਾਲੇ ਤੇ ਕੋਈ ਨਹੀਂ ਲਿਆ। ਕਿਉਂਕਿ ਮਤਲਬ ਟੱਟੀਆਂ ਵਾਲਾ ਜਿਹੜਾ ਉਹ ਵੀ ਇੱਕ ਡੇਰੇਦਾਰਾਂ ਵਿੱਚ ਇੱਕ ਅਪਰੋਚ ਟੱਟੀਆਂ ਵਾਲੇ ਦੀ ਹੈ। ਜਿਹਨੂੰ ਉਹ ਰੈਸ਼ਨਲ ਅਪਰੋਚ ਕਹਿੰਦਾ ਹੈ ਬੌਧਿਕ ਅਪਰੋਚ ਕਹਿੰਦਾ ਹੈ। मतलब रैशनल अप्रोच जडी है लिबरल अप्रोच जडी है ओ लेके आ रहे आगे ओ ओ जडी ऑलरेडी ओ प्रवेइल करदी है पर उन्होंने क्यों के रिप्रेजेंट ਕੀਤਾ ਤੇ ਉਹਦਾ ਜਿਹੜਾ ਝਗੜਾ ਦਮਦਮੀ ਟਕਸਾਲ ਨਾਲ ਨਾ ਆਉਂਦਾ ਤੇ ਉਹਨੂੰ ਕਿਸੇ ਨੋਟਿਸ ਹੀ ਨਹੀਂ ਸੀ ਲੈਣਾ ਬਿਲਕੁਲ ਉਹਤੇ ਉਹਦੋਂ ਨੋਟਿਸ ਲਿਆ ਗਿਆ ਜਦੋਂ ਦਮਦਮੀ ਟਕਸਾਲ ਨਾਲ ਉਹ ਝਗੜਾ ਆ ਗਿਆ ਹੁਣ ਝਗੜਾ ਜਿਹੜਾ ਹੈ ਨਾ ਉਹ ਪੰਥ ਦਾ ਦੇ ਢੰਡੀਆਂ ਵਾਲੇ ਸੰਧਾ ਨਹੀਂ ਹੈ ਇਹ ਇਹ મતલਬ ਤੁੰਮੇ ਦਾ ਤੇ ਢੰਡੀਆਂ ਵਾਲੇ ਸੰਧਾ ਦਾ ਝਗੜਾ ਹੈ ਉਹ ਦੋਨੇ ਧਿਰੇਦਾਰ ਨੇ ਦੁਨੀਆਂ ਆਪਣੇ ਵੱਲੋਂ ਪੰਥ ਕਹਿੰਦੇ ਨੇ ਤੇ ਮੈਂ ਇਹ ਕਹਾਂਗਾ ਕਿ ਦੁਨੀਆਂ ਠੀਕ ਨੇ ਆਪਣੀ ਆਪਣੀ ਗੱਲ ਤੇ ਠੀਕ ਨੇ ਉਹਨਾਂ ਦੀ ਆਪਸੀ ਲੜਾਈ ਜਿਹੜੀ ਹੈ ਉਹ ਦੇਖੋ ਜਿਹੜੀ ਦਮਦਮੇ ਚਕਸਾਲ ਹੈ ਉਹ ਪਰੰਪਰਾ ਵੀ ਚੱਲ ਰਹੀ ਹੈ ਮਤਲਬ ਤੱੜੀਆਂ ਵਾਲਾ ਸੰਤ ਜਿਹੜਾ ਉਹ ਕਹਿੰਦਾ ਸਿਧਾਂਤ ਗੁਰਗ੍ਰੰਥ ਸਾਹਿਬ ਦਾ ਇਹ ਹੈ ਉਹ ਚੱਲਦੇ ਨੇ ਕੀ ਕਰ ਸਕਦੇ ਉਹਨਾਂ ਚ ਮਤਲਬ ਹਾਲਾਂਕਿ ਮੈਂ ਕੋਈ ਲੜੀਆਂ ਵਾਲੇ ਸੰਤ ਨਾਲ ਸਹਿਮਤ ਨਹੀਂ ਹਾਂ ਨਾ ਮੈਨੂੰ ਮਤਲਬ ਕਸਾਰੀਆਂ ਗੱਲਾਂ ਚੱਲੀਆਂ ਨੇ ਉਹ ਦਮਦਮੇ ਚਕਸਾਲ ਦੀਆਂ ਠੀਕ ਲੱਗਦੀਆਂ ਨੇ ਪਰ ਮੈਨੂੰ ਐਜ਼ ਸਿੱਖ ਵਰਿਆ ਸੇਕਤਰਬ ਦਾ ਵਿਦਿਆਰਥੀ ਹੁੰਦੇ ਨਾਲੇ ਮੈਨੂੰ ਇਹ ਸਾਰੀਆਂ ਮੇਰਾ ਆਪਣਾ ਅੰਗ ਲੱਗਦੀਆਂ ਨੇ ਮਤਲਬ ਹੱਥ ਦਾ ਕੰਮ ਹੱਥ ਹੈ ਪੈਰ ਦਾ ਕੰਮ ਪੈਰ ਹੈ ਅੰਗ ਜਿਹੜੇ ਨੇ ਸਪੰਸ ਦੇ ਉਹ ਇਸ ਤਰ੍ਹਾਂ ਖਿਲਰੇ ਹੋਏ ਨੇ ਆਪਣਾ ਆਪਣਾ ਕੰਮ ਕਰ ਰਹੀ ਨੇ ਕਰੀ ਜਾਂਦੇ ਨੇ ਠੀਕ ਹੈ ਪਰ ਹੁਣ ਜੇ ਉਹ ਮਤਲਬ ਉਹਨਾਂ ਦੀ ਉਹਨਾਂ ਦੀ ਪ੍ਰੋਬਲਮ ਜਿਹੜੀ ਹੈ ਨਾ ਉਹ ਹੈਗੀਆਂ ਨੇ ਪਰ ਉਹ ਪ੍ਰੋਬਲਮ ਜਿਹੜੀ ਹੈ ਨਾ ਉਹ ਡਿਸਕਸ ਕੀਤੀਆਂ ਜਾ ਸਕਦੀਆਂ ਨੇ ਕਿਸੇ ਵੇਲੇ ਅਕਾਲਤਿਕ ਜਾਂ ਜਿਹੜਾ ਇਹ ਤੇ ਕਰ ਸਕਦਾ ਹੈ ਵੀ ਇਹਨਾਂ ਵਿੱਚ ਕੋਆਰਡੀਨੇਸ਼ਨ ਜਿਹੜੀ ਹੈ ਸਹਿਯੋਗ ਜਿਹੜਾ ਉਹ ਕਿਵੇਂ ਹੁੰਦਾ ਹੈ ਮਿਨੀਮਮ ਪ੍ਰੋਗਰਾਮ ਕਿੱਥੇ ਆ ਸਕਦਾ ਹੈ ਅਸੀਂ ਬਹੁਤ ਕੁਝ ਕੀਤਾ ਹੋਇਆ ਹੈ ਆ ਸਾਡੇ ਕੋਲ ਪਿਰਤਾ ਪਈਆਂ ਹੋਈਆਂ ਨੇ ਪਰੰਪਰਾ ਹੈਗੀ ਹੈ ਸਾਡੇ ਕੋਲ ਹੁਣ ਦੇਖੋ ਝਗੜਾ ਪਿਆ ਕਿ ਦਸਵਗੰਤਾ ਝਗੜਾ ਪਿਆ ਵੀ ਕੋਈ ਮੰਨਦਾ ਕੋਈ ਨਹੀਂ ਮੰਨਦਾ ਉਹ ਕਹਿੰਦੇ ਜਿਹਨੇ ਮੰਨਣਾ ਮੰਨੋ ਜਿਹਨੇ ਨਹੀਂ ਮੰਨਣਾ ਨਾ ਮੰਨੋ ਕੋਈ ਗੱਲ ਨਹੀਂ ਫਿਰ ਮਤਲਬ ਉਹਦਾ ਝਗੜਾ ਪਿਆ ਵੀ ਰਾਗਮਾਲਾ ਪੜਨੀ ਇਖੜੀ ਪੜਨੀ ਉਹ ਵੀ ਇਹ ਅੱਗੇ ਦੇਤੀ ਫਿਰ ਰਾਗਮਾਲਾ ਪੜਨੀ ਆ ਪੜੋ ਨਹੀਂ ਪੜਨੀ ਨਾ ਪੜੋ ਹੁਣ ਇਹ ਜਿਹੜੀ ਹੈ ਨਾ ਇਹ ਜਿਹੜੀ ਖੁੱਲ ਹੈ ਅਸੀਂ ਰਾਗਮਾਲਾ ਇਹ ਫੈਸਲਾ ਹੋਇਆ ਕਿ ਰਾਗਮਾਲਾ 1430 ਪੰਨਿਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ। ਉਹਨੂੰ ਕੱਢ ਨਹੀਂ ਸਕਦੇ। ਪਰ ਉਹ ਲੋਕ ਜੋ ਜਿਹੜੀ ਗੱਲ ਕਿਸੇ ਨੇ ਪੜ੍ਹਣੀ ਆ ਪੜੋ ਜਿਹੜੀ ਨਹੀਂ ਪੜ੍ਹਣੀ ਨਾ ਪੜੋ। ਤੇ ਇੱਕ ਇਹ ਆਗਿਆ ਦਿੱਤੀ ਗਈ। ਅਸੀਂ ਇਹੋ ਜਿਹੇ ਫੈਸਲੇ ਕਰ ਸਕਦੇ ਹਾਂ। ਹੁਣ ਜਿਹੜਾ ਸਿੰਘੂ ਬਾਲਵ ਦੇ ਹੋਇਆ ਹੈ ਉਹ ਕੋਈ ਐਸਾ ਮਸਲਾ ਕਾਹਲ ਤੱਕ ਦਾ ਨਹੀਂ ਹੈ। ਉਹ ਤੇ ਨਿਹੰਗ ਪਰੰਪਰਾ ਦਾ ਦੇਸ਼ ਦੇ ਕਾਨੂੰਨ ਨਾਲ ਟਕਰਾਅ ਹੋਇਆ। ਤੇ ਨਿਹੰਗ ਜਿਹੜੇ ਕਾਨੂੰਨ ਨੂੰ ਮੰਨਦੇ ਕਿੱਥੇ ਨੇ? ਅਨਿ ਆਪ ਦੇ ਸਾਰੇ ਕਾਨੂੰਨ ਨਹੀਂ ਮੰਨਦੇ ਉਹ ਉਸਰਾ ਸਾਰੇ ਮਤਲਬ ਠੀਕ ਹੈ ਕਿ ਜਦੋਂ ਕਤਲ ਹੁੰਦੇ ਨੇ ਕਤਲ ਦਾ ਕਾਨੂੰਨ ਮੁਤਾਬਕ ਫੈਸਲੇ ਵੀ ਹੁੰਦੇ ਨੇ ਨਿਆਂਗਮਖੀ ਦਾ ਮਤਲਬ ਉੱਥੇ ਜਦੋਂ ਅੱਗੇ ਕਤਲ ਹੋਇਆ ਇੱਥੇ ਜਦੋਂ ਬਲਬੀਤ ਸਿੰਘ ਬਣੇ ਨੇ ਕਤਲੋਗਾਰਤ ਤੋਂ ਬਾਅਦ ਹੀ ਬਣੇ ਨੇ ਨਾ ਜੋ ਸਾਰੇ ਕਤਲ ਦੇ ਮਾਮਲੇ ਚੱਲਦੇ ਰਹੇ ਤੇ ਫੈਸਲੇ ਵੀ ਹੁੰਦੇ ਰਹੇ ਝੰਗਾ ਵਿੱਚੋਂ ਵੀ ਅੱਗੇ ਮਤਲਬ ਆਲਣ ਜਸਵੰਤੀਆਂ ਬਣੀਆਂ ਹੋਈਆਂ ਨੇ ਹੁਣ ਵੀ ਇਹਦੇ ਤੇ ਫੈਸਲਾ ਕਰਵਾਉਣਾ ਜਸਵੰਤੀਆਂ ਨੂੰ ਕੱਟਾ ਕਰਨਾ ਚਾਹੁੰਦੇ ਸੀਗੇ ਇੱਕ ਹੋਰ ਗੱਲ ਹੈ ਜਦੋਂ ਤੁਸੀਂ ਬਾਬਾ ਸੰਤਾ ਸਿੰਘ ਦੀ ਗੱਲ ਕਰਦੇ ਹੋ ਮੈਂ ਤੁਹਾਡੇ ਥੋੜਾ ਜਿਹਾ ਪਿੱਛੇ ਲਿਆਉਣਾ ਜਿੱਥੇ ਬਾਬਾ ਸੰਤਾ ਸਿੰਘ ਨੂੰ ਲੈ ਕੇ ਵੀ ਬੜਾ ਕੁਝ ਜਿਹੜਾ ਸਿੱਖ ਪੰਥ ਦੇ ਵਿੱਚ ਵਿਵਾਦਤ ਰਿਹਾ ਕਿ ਇਹਨਾਂ ਨੇ ਜਦੋਂ ਅਕਾਲ ਤਖਤ ਸਾਹਿਬ ਦੀ ਸਾਰੀ ਕ੍ਰਾਤੀ 84 ਵੇਲੇ ਕਹਿੰਦੇ ਇੰਦਰਾ ਗਾਂਧੀ ਦੇ ਨਾਲ ਨੇੜਤਾ ਕਾਫੀ ਸੀ ਉਹਨੂੰ ਲੈ ਕੇ ਵੀ ਅੱਜ ਸਵਾਲ ਉੱਠਦੇ ਨੇ ਕਿ ਇਹ ਜੇ ਸਰਬ ਲੋਕ ਗ੍ਰੰਥ ਉਹਨਾਂ ਨੇ ਲਿਖਿਆ ਤਾਂ ਫਿਰ ਇਹ ਕੀ ਸਾਰਾ ਕੁਝ ਪਿੱਛੋਂ ਕੋਈ ਉਹਨਾਂ ਦਾ ਜਿਹੜਾ ਪੋਲੀਟੀਕਲ ਐਟੀਟਿਊਡ ਜਿਹੜਾ ਸੀ ਪੋਲਿਟਿਕਸ ਨਾਲ ਦੇਖੋ ਨਿਹੰਗ ਜੇ ਸਮੇਂ ਦੀ ਪੋਲਿਟਿਕਸ ਦੇ ਕੰਫਰਡੈਂਸ਼ਨ ਤੇ ਨਹੀਂ ਆਉਂਦੇ ਪੋਲਿਟਿਕਸ ਨੂੰ ਡਿਫਾਈ ਨਹੀਂ ਕਰਦੇ ਉਹ ਮਤਲਬ ਇਹ ਇਹ ਆਮ ਤੌਰ ਤੇ ਪਰ ਉਹਨਾਂ ਦੀ ਜਿਹੜੀ ਬਾਣੀ ਦੇ ਨਾਲ ਹੈ ਗ੍ਰੰਥ ਦੇ ਨਾਲ ਹੈ ਉਹਨਾਂ ਦੀ ਕਿਤਾਬਾਂ ਦੇ ਨਾਲ ਹੈ ਉਹਦਾ ਕੋਈ ਸਰਕਾਰ ਨਾਲ ਨਹੀਂ تعلق ਹੈਗਾ ਉਹਨਾਂ ਦਾ ਉਹਨਾਂ ਤੇ ਅਲੀਗੇਸ਼ਨ ਇਹ ਹੈ ਕਿ ਸਰਕਾਰ ਨੇ ਰਲ ਕੇ ਉਹਨਾਂ ਨੇ ਅਕਾਲ ਤਖਤ ਬਣਵਾਇਆ ਔਰ ਇਹ ਨਾਲ ਖੜੇ ਰਹੇ ਉਸ ਹਿਸਾਬ ਨਾਲ ਤੇ ਜਿਹੜਾ ਹੁਣ ਮਤਲਬ ਅਮਨ ਸਿੰਘ ਨਿਹੰਗ ਹੈ ਉਹ ਵੀ ਤੇ ਨਾਲ ਖੜਾ ਹੈ ਹੁਣ ਉਹਦੀ ਉਹਦੇ ਪਿੰਕੀ ਨਾਲ ਫੋਟੋ ਆ ਰਹੀਆਂ ਨੇ ਅਸੀਂ ਬੀਨਤ ਸਿੰਘ ਵਲੇ ਪਿੰਕੀ ਤੋਂ ਚੱਲੇ ਤੇ ਮਤਲਬ ਨਿਆंगाਵਨ ਸਿੰਘ ਵਲੇ ਆਲਕੇ ਸਿੰਘੂ ਬਾਰਡਰ ਤੇ ਅਸੀਂ ਪਿੰਕੀ ਤੇ ਫੇਰ ਆ ਗਏ ਵਿੱਕੀ ਦਾ ਕਹਿਟ ਹੈ ਉਹ ਤਾਂ ਪੁਲਿਸ ਦਾ ਬੰਦਾ ਹੈ ਹੁਣ ਉਹ ਪੁਲਿਸ ਦੇ ਬੰਦੇ ਨੂੰ ਅਜੇ ਵੀ ਅਸੀਂ ਮਤਲਬ ਅਮਨ ਸਿੰਘ ਨਿਆੰਗੋ ਉਹਦੇ ਨਾਲ ਜਾ ਕੇ ਜਾਂ ਉਹਦੇ ਰਾਹੀਂ ਅਗਲੀ ਕਲ ਤੁਸੀਂ ਮਿਸਟਰ ਨਾਲ ਕਿਉਂ ਕਰਦਾ ਹੈ ਜਾਂ ਆਲੰਸਾ ਸਰ ਕੀ ਕਰਦੇ ਨੇ ਮਤਲਬ ਭਾਜਪਾ ਵਾਲੇ ਕੀ ਕਰਦੇ ਨੇ ਇਹ ਅਲੱਗ ਮਸਲੇ ਨੇ ਮੈਂ ਸਿਰਫ ਇਹ ਕਹਿਣਾ ਵੀ ਇਹਦੇ ਵਿੱਚ ਉਲਝਣ ਦੀ ਲੋੜ ਨਹੀਂ ਹੈ ਬੜਾ ਸਿੰਪਲ ਹੈ ਪੀ ਉਹਨਾਂ ਨੇ ਉਥੇ ਐਕਸ਼ਨ ਇਹ ਕਰਦਾ ਕਿਤੇ ਵੀ ਹੋ ਸਕਦਾ ਸੀ ਘਰ 'ਚ ਹੋ ਸਕਦਾ ਸੀ ਕਿਤੇ ਤੁਸੀਂ ਆਪਣੇ ਘਰ ਵਿੱਚ ਕੋਈ ਰਿਐਕਸ਼ਨ ਜਿਹੜਾ ਕਰਦੇ ਹੋ ਉਹ ਆਪਣੀ ਸਪਲਟਪਤਾ ਆਪਣਾ ਜਜ਼ਬਾਤ ਲਾ ਕੇ ਕਰ ਦਿੰਦੇ ਹੋ ਪਰ ਕਾਨੂੰਨ ਤੇ ਜਜ਼ਬਾਤ ਨੂੰ ਆਗਿਆ ਨਹੀਂ ਨ ਦਿੰਦਾ ਕਾਨੂੰਨ ਨੇ ਤੇ ਆਪਣਾ ਰਾਹ ਲੈਣਾ ਹੈ ਉਹਦੇ ਐਵੀਡੈਂਸ ਤੇ ਦੇਖੂਗਾ ਵੀ ਕਿਸ ਨੇ ਕੀ ਕੀਤਾ ਕਿਵੇਂ ਕੀਤਾ ਇਸ ਕਰਕੇ ਮਾਮਲਾ ਜਿਹੜਾ ਹੈ ਇਹਦੇ 'ਚ ਬੜੇ ਸਪਸ਼ਟ ਰਹਿਣਾ ਚਾਹੀਦਾ ਇਹ ਫਿਰ ਸਿੱਖ ਮਾਮਲਾ ਨਹੀਂ ਹੈ ਇਹ ਪਹਿਲੀ ਗੱਲ ਤਾਂ ਇਹ ਇੱਕ ਸਿੱਖ ਪ੍ਰੋਫੈਸਰ ਦਾ ਸੁਨੇਹਾ ਤਾਂ ਜਿਹੜਾ ਉਹ ਸਿੱਖ ਦਾ ਹੀ ਜਾਂਦਾ ਹੈ ਨਾ ਕਿ ਸਿੱਖ ਸ਼ਖਸੀਅਤ ਜਿਹੜੀ ਆ ਉਹ ਕਿਸ ਤਰ੍ਹਾਂ ਉਹਨੂੰ ਢਾ ਲੱਗੀ ਐ ਜਿਹੜਾ ਕੁਝ ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖਿਆ ਤੇ ਹੁਣ ਇੱਕੋ ਦਮ ਇਹ ਕੁਝ ਹੋ ਜਾਣਾ ਲੋਕਾਂ ਦੇ ਮਨਾਂ ਵਿੱਚ ਤੋਹ ਜਾਂਦੀ ਹੈ ਕੀ ਚਾਹੀਦਾ ਨਹੀਂ ਕਿ ਜਥੇਦਾਰ ਸਾਹਿਬ ਬਾਰ ਚ ਕਰਕੇ ਕਹਿ ਰਿਹਾ ਨੁਮਾਇੰਦਗੀ ਕਰਦੇ ਨੇ ਕਲੀਅਰ ਕਰਨ ਦੇ ਘਰ ਦੇ ਵਿੱਚ ਕੋਈ ਵਿਗੜਿਆ ਬੱਚਾ ਤੇ ਮਾਪਿਆਂ ਨੂੰ ਮੰਨ ਲੈਣਾ ਚਾਹੀਦਾ ਕਿ ਬੱਚਾ ਸਾਡਾ ਵਿਗੜਿਆ ਨਹੀਂ ਅਸੀਂ ਇਹ ਮੰਨ ਨਹੀਂ ਨਾ ਸਕਦੇ ਬੱਚਾ ਨਹੀਂ ਨਾ ਹੈ ਉਹ ਤੇ ਸ਼ਰੀਕ ਹੈ ਬਰਾਬਰ ਦਾ ਸਾਡਾ ਹਿੱਸਾ ਹੈ ਉਹ ਅਸੀਂ ਉਸ ਨੂੰ ਨਹੀਂ ਸਮਝਾ ਸਕਦੇ ਜਿਹੜੀ ਗੱਲ ਤੁਸੀਂ ਕਹਿੰਦੇ ਲੋਕਾਂ ਦੇ ਬਣਾ ਲਈ ਗੱਲ ਲੋਕ ਸਿੱਖ ਤੇ 2% ਨੇ 98% ਨੇ ਕੀ ਸੋਚ ਰਹਾ ਉਹ ਮੀਡੀਆ ਕਾਊਂਟ ਕਰਦਾ ਹੈ ਮੀਡੀਆ ਵਿੱਚੋਂ ਫਿਰ ਅੱਗੇ ਗੋਦੀ ਵੀੜੀਆ ਉਹਨਾਂ ਨੇ ਇਨਸੀਡੈਂਟ ਵਾਪਰਿਆ ਉਹਦਾ ਕੁਛ ਨਹੀਂ ਦੇਖਿਆ ਲਗਾਤਾਰ ਪ੍ਰਚਾਰਨਾ ਸ਼ੁਰੂ ਕਰਤਾ ਵੀ ਖਾਲਸਤਾਨ ਦੇ ਨਾਲ ਕੌਣ ਹੈ ਖਾਲਸਤਾਨ ਦੇ ਅਗੇਂਸਟ ਕੌਣ ਹੈ ਅਜੇ ਤੱਕ ਉਹਨਾਂ ਨੇ ਪਤਾ ਹੀ ਲੱਗਿਆ ਉਹਨਾਂ ਦੀ ਖਾਲਸਤਾਨੀ ਕੌਣ ਹੈ ਤੇ ਤੁਹਾਡੇ ਹੀ ਨੇ ਹੁਣ ਤੇ ਇਹ ਆ ਗਿਆ ਵੀ ਉਹ ਏਜੰਸੀਆਂ ਦਾ ਹੀ ਕੀਤਾ ਹੋਇਆ ਹੈ ਜਾਣ ਮਤਲਬ ਜਦੋਂ ਸਰਪੰਚ ਪਿੰਡ ਦੇ ਨੇ ਲਖਵੀਰ ਬਾਰੇ ਕੁਐਸਚਨ ਖੜਾ ਕੀਤਾ ਕਿ ਉਹਨੂੰ ਲੈ ਕੇ ਕੌਣ ਗਿਆ ਉਹ ਤਾਂ ਪਿੰਡੋਂ ਨਿਕਲਿਆ ਨਹੀਂ ਕਦੇ ਬਿਲਕੁਲ ਇੱਕ ਬੰਦਾ ਮਤਲਬ ਉਹ ਲੈ ਕੇ ਕੌਣ ਗਿਆ ਇਹ ਇਸ ਪਾਸੇ ਹੁਣ ਲਾਵੇ ਨੇ ਐਜ਼ ਹੋਮ ਮਿਨਿਸਟਰ ਆਫ ਪੰਜਾਬ ਇੱਕ ਸਿੱਟ ਬਣ ਆਤੀ ਹੈ ਵੀ ਪਤਾ ਕਰੋ ਵੀ ਕੌਣ ਲੈ ਕੇ ਗਿਆ ਕਿਉਂ ਲੈ ਕੇ ਗਿਆ ਇਹਦੀਆਂ ਬੜੀਆਂ ਡਾਈਮੈਂਸ਼ਨ ਨੇ ਇਹਨੂੰ ਨਾ ਤੇ ਕਿਸਾਨੀ ਮੋਰਚੇ ਨਾਲ ਇਹਦਾ ਤੱਲਕ ਰੱਖਣਾ ਚਾਹੀਦਾ ਕੋਈ ਜਿਹੜਾ ਕਿ ਗੋਲੀ মিডিਆ ਨੇ ਕੋਸ਼ਿਸ਼ ਕੀਤੀ ਨਾ ਇਹਦਾ ਸਿੱਖ ਧਰਮ ਨਾਲ ਕੋਈ ਸਿੱਧਾ ਤਾਲਕ ਹੈ ਕਿਉਂਕਿ ਲਿਆਂਗਾ ਲਿਆਂਗਾ ਦਾ ਇਹ ਜਥਾ ਜਿਹੜਾ ਉੱਥੇ ਬੈਠਾ ਹੈ ਉਹ ਤੇ ਬਲਬੀਰ ਸਿੰਘ ਲਿਆਂਗੇ ਦੇ ਵੀ ਆਗਿਆਚ ਨਹੀਂ ਹੈ ਉਸ ਤਰ੍ਹਾਂ ਉਹਨੇ ਤਾਂ ਵੀ ਇੰਡੀਪੈਂਡੈਂਟ ਹੈ ਇਸ ਕਰਕੇ ਮੈਂ ਸਮਝਦਾ ਕਿ ਇਹ ਇਸ਼ੂ ਜਿਹੜਾ ਹੈ ਇਹਨੂੰ ਆਪਣੇ ਨੇਚਰਲ ਆਊਟਕਮ ਵੱਲ ਜਾਣ ਦੇਣਾ ਚਾਹੀਦਾ ਇਹਨੂੰ ਘੇਰ ਕੇ ਆਪਣੇ ਗੱਲ ਨਹੀਂ ਪਾਉਣਾ ਚਾਹੀਦਾ ਮੈਂ ਇਹ ਕਹਿਣਾ ਚਾਹਾਂਗਾ ਬਿਲਕੁਲ 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 ਅੱਛਾ ਜਿੱਤੇ ਤੱਕ ਪ੍ਰੋਫੈਸਰ ਸਵਾਲ ਕੈਪਟਨ ਅਮਰਿੰਦਰ ਸਿੰਘ ਦੀ ਕੁਰਬਾਨੀ ਦਾ ਲਗਾਤਾਰ ਉਹ ਅਸਤੀਫੇ ਆਪਣੇ ਦਿਖਾ ਦਿੰਦੇ ਨੇ ਹਰ ਥਾਂ ਤੇ ਉਸ ਨੂੰ ਕਿੱਦਾਂ ਦੇਖ ਦੋ 84 ਤੋਂ ਲੈ ਕੇ ਹੁਣ ਤੱਕ ਲੋਕ ਤਾਂ ਹਲੇ ਵੀ ਮਤਲਬ ਕਿ ਸਵਾਲ ਪੁੱਛਦੇ ਨੇ ਕਿ ਕਤਲਿਆਮ ਦਾ ਇਨਸਾਫ ਨਹੀਂ ਹੋਇਆ 84 ਵਾਲਿਆਂ ਦਾ ਕਦੋਂ ਤੱਕ ਤੁਸੀਂ ਇਹਨੂੰ ਲਟਕਾਇਆ ਗਿਆ ਕਾਂਗਰਸ ਦੀ ਕਿੰਨਾ ਚਿਰ ਕੇਂਦਰ ਦੇ ਵਿੱਚ ਸਰਕਾਰ ਰਹੀ ਹੈ ਅੱਜ ਭਾਜਪਾ ਦੇ ਗੁਣ ਤੇ ਫਿਰ ਉਹ ਤਾਂ ਸੇਰਾ ਲੈਣਗੇ ਕਿ ਅਸੀਂ ਸੱਜਨ ਕੁਮਾਰ ਨੂੰ ਅੰਦਰ ਕਰ ਦਿੱਤਾ ਦੇਖੋ ਸਾਡੇ ਰਾਜ ਦੇ ਵਿੱਚ ਇਹ ਸਾਰਾ ਕੁਝ ਅਸੀਂ ਇਨਸਾਫ ਦਵਾ ਦਿੱਤਾ ਉਹ ਆਪਣੇ ਆਪ ਸਿਰਾਂ ਲੈਣਗੇ ਜਿੱਥੋਂ ਤੱਕ ਕੈਪਟਨ ਸਾਹਿਬ ਦਾ ਸਵਾਲ ਹੈ ਉਹ ਅੱਜ ਵੀ ਪੰਜਾਬ ਦੀ ਸੁਰੱਖਿਆ ਦੀ ਗੱਲ ਕਰਦੇ ਨੇ ਨਵੀਂ ਪਾਰਟੀ ਬਣਾਉਣਗੇ ਬੀਜੇਪੀ ਦੇ ਨਾਲ ਮਿਲ ਕੇ ਇਹ ਦੇਖੋ ਇੱਕ ਸਿਆਸਤ ਚੱਲ ਰਹੀ ਹੈ ਕਾਂਗਰਸ ਦੇ ਪਲੇਟਫਾਰਮ ਤੋਂ ਕਿ ਉਹਦੇ ਵਿੱਚ ਅਮਰਿੰਦਰ ਸਿੰਘ ਦਾ ਬਾਹਰ ਕਰਨਾ ਉਹਦਾ ਮਤਲਬ ਇਹ ਮੰਨਣਾ ਹੈ ਕਿ ਮੇਰੀ ਬੇਇੱਜ਼ਤੀ ਕੀਤੀ ਹੈ ਔਰ ਹੁਣ ਉਹ ਜ਼ਖਮੀ ਸ਼ੇਰ ਵਾਂਗੂ ਰਿਐਕਟ ਕਰਨਾ ਉਹ ਉਹ ਅਲੱਗ ਆਪਣੇ ਮਾਮਲੇ ਨੇ ਜਿੱਤ ਉਹ ਅਮਰਦੇਸ਼ ਸਿੰਘ ਕਰਵਾਨੀ ਦਾ ਅਦਲਕਾ ਔਰ ਇੱਕ ਗੱਲ ਐ ਸਟੈਬਲਿਸ਼ਡ ਐ ਕਿ ਜਦੋਂ ਉਹ ਜਿੰਨਾ ਚਲਿਆ ਔਰ ਸੈਂਟਰ ਚ ਗਿਆ ਸੀ ਉਹਨੂੰ ਸੈਂਟਰ ਚ ਬਹੁਤ ਵੱਡੀਆਂ ਪੋਜੀਸ਼ਨਾਂ ਮਿਲਦੀਆਂ ਚਾਹੁੰਦੇ ਸੀ ਉਹ ਕਹਿੰਦਾ ਮੈਂ ਪੰਜਾਬ ਚ ਹੀ ਜਾਣਾ ਹੈ ਪੰਜਾਬ ਚ ਵਾਪਸ ਆ ਗਿਆ ਉਹ ਸੀਐਮ ਦੇ ਤੌਰ ਤੇ ਉਹ ਪੰਜਾਬ ਨੂੰ ਪੰਜਾਬ ਔਰੇ ਵਾਸਤੇ ਮੁੱਖ ਹੈ ਸਿੱਖ ਹੀ ਸਿੱਖ ਮੁੱਖ ਨੇ ਇਸੇ ਕਰਕੇ ਜਦੋਂ ਸਾਰਾ ਪੰਜਾਬ 84 ਨੂੰ ਚਿਮਟੇ ਨਾਲ ਵੀ ਚੁੱਕਣ ਨੂੰ ਤਿਆਰ ਨਹੀਂ ਸੀ ਔਰ ਕਿਸੇ ਬੰਦੇ ਨੂੰ ਵੜਨ ਦੇਣ ਨੂੰ ਤਿਆਰ ਨਹੀਂ ਸੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਅਮਰਿੰਦਰ ਨੇ ਉਹਨਾਂ ਦਿਨਾਂ ਵਿੱਚ ਇਹ ਪੰਜਾਬ ਦੇ ਲੋਕਾਂ ਨੂੰ ਇਹ ਸਮਝਾਇਆ ਕਿ ਮੈਂ ਤੁਹਾਡੇ ਵਿੱਚੋਂ ਆ ਤੇ ਮੈਂ ਉਹਦੇ ਬਾਰੇ ਵਿੱਚ ਜਿਹੜਾ 84 ਆ ਉਹਦੇ ਖਿਲਾਫ ਆ ਪਰ ਇਹ ਤੇ ਮੈਂ ਕਾਂਗਰਸ ਦੇ ਪ੍ਰਤੀਨਿਧੀ ਤੌਰ ਤੇ ਨਾਲ ਆਮ ਲੋਕਾਂ ਦੇ ਮਨਾਂ ਵਿੱਚ ਉਹ ਨਫਰਤ 84 ਵਾਲੀ ਜਿਹੜੀ ਅਜੇ ਵੀ ਕਾਇਮ ਹੈ ਮੇਰੇ ਅੰਦਰ ਵੀ ਹੈ ਮੈਂ ਤੁਹਾਡੇ ਅੰਦਰ ਵੀ ਹੈ ਮੈਂ ਪਰ ਮਰੀਂਦਰ ਨੇ ਉਹਨੂੰ ਹਾਸ਼ੀਏ ਤੇ ਕਰਕੇ ਸਰਕਾਰ ਬਣਾਈ 70 ਸੀਟਾਂ ਜਿੱਤੀਆਂ ਔਰ ਉਹਨਾਂ 70 ਸੀਟਾਂ ਵਿੱਚ ਮੈਨੂੰ ਇੱਕ ਵੀ ਸੀਟ ਨਜ਼ਰ ਨਹੀਂ ਆਉਂਦੀ ਜਿੱਥੇ ਮਤਲਬ ਗਾਂਧੀ ਪਰਿਵਾਰ ਦੇ ਪ੍ਰਭਾਵ ਨਾਲ ਜਿੱਤੀ ਗਈ ਹੋਵੇ ਇਸ ਕਰਕੇ ਮੈਂ ਸਮਝਾ ਕਿ ਮਰਿੰਦਰ ਨੇ ਇੱਕ ਕਾਂਗਰਸ ਮਾਡਲ ਫਾਰ ਸਟੇਟਸ ਸਾਹਮਣੇ ਲਿਆਂਦਾ ਉਹ ਇਹ ਸੀ ਕਿ ਸਟੇਟਸ ਵਿੱਚ ਅਜਿਹੇ ਲੀਡਰ ਜਿਹੜਾ ਨੈਸ਼ਨਲ ਇਮੇਜ ਬਣ ਸਕਦਾ ਹੋਵੇ ਉਹ ਅੱਗੇ ਆਉਣ ਤਾਂ ਕਿ ਭਾਜਪਾ ਦਾ ਮੋਦੀ ਦਾ ਇੱਕ ਬਦਲ ਜਿਹੜਾ ਸਟੇਟ ਦੇ ਤੌਰ ਤੇ ਅੱਗੇ ਆ ਸਕੇ ਉਥੇ ਮੰਮਤਾ ਹੈ ਇੱਥੇ ਮਰਿੰਦਰ ਸੀਗਾ ਹੁਣ ਮਰਿੰਦਰ ਨੂੰ ਲਾਤਾ ਉਹਨਾਂ ਨੇ ਮਰਿੰਦਰ ਨੂੰ ਲਾ ਕੇ ਸੀਐਮ ਵੀ ਹੈਗਾ ਸਾਰੇ ਕਾਂਗਰਸੀ ਉੱਥੇ ਨੇ ਪਰ ਸਾਡੇ ਕੋਲ ਉਹ ਬੰਦਾ ਕੋਈ ਇਮੇਜ ਵਾਲਾ ਨਹੀਂ ਹੈ ਜਿਹੜਾ ਮਮਤਾ ਹੁਣ ਨਾਲ ਲੈ ਕੇ ਸਾਰੇ ਹਿੰਦੁਸਤਾਨ ਵਿੱਚ ਮਹਿਮ ਖੜੀ ਕਰ ਸਕੇ ਅਮਰਿੰਦਰ ਨੇ ਕਰਨੀ ਸੀ ਭਾਵੇਂ ਕਿਸੇ ਦੇ ਅੱਗੇ ਲੱਗਦਾ ਪਾਉਂ ਪਿੱਛੇ ਲੱਗਦਾ ਉਹਨੇ ਕਰਨੀ ਸੀ ਹੁਣ ਅਮਰਿੰਦਰ ਦਾ ਬਦਲ ਜਿਹੜਾ ਹੈ ਉਹ ਕਾਂਗਰਸ ਦੀ ਪ੍ਰੋਬਲਮ ਹੈ ਮੇਰੀ ਨਹੀਂ ਪ੍ਰੋਬਲਮ ਹੈਗੀ ਮੈਂ ਸਮਝਦਾ ਕਿ ਉਹਨਾਂ ਨੇ ਜੋ ਕੀਤਾ ਮਤਲਬ ਅਰਿੰਦਰ ਨੇ ਮਤਲਬ ਜਿਹੜਾ ਇਹ ਹੁਣ ਆਮ ਕੁਐਸਚਨ ਹੋ ਰਿਹਾ ਹੈ ਕਿ ਜਿਹੜਾ ਕਾਂਗਰਸ ਦਾ ਪੰਜਾਬ ਵਿੱਚ ਸੇਵੀਅਰ ਹੈ जिने कांग्रेस दी झंडा जेड़ा है सारे हिंदुस्तान में जब डाउन हो गई कांग्रेस पंजाब में बुलंद करके रखया जिने मोदी ਨੂੰ ਬਾਲਾ ਟੱਪਣ ਨਹੀਂ ਦਿੱਤਾ ਉਹਦੇ ਜੇਤੂ ਰਹਸੂ ਉਸ ਮਰਿੰਦਰ ਨੂੰ ਜਿਹੜਾ ਸੇਵੀਅਰ ਆਫ ਕਾਂਗਰਸ ਬਣਿਆ ਜਾਂਦਾ ਸੀ ਉਹ ਓਵਰਨਾਈਟ ਕਾਂਗਰਸ ਦਾ ਗਦਾਰ ਕਿਵੇਂ ਹੋ ਗਿਆ ਇਹ ਕੁਐਸ਼ਨ ਹੋਣੇ ਨੇ ਇਹ ਅੱਗੇ ਜਾ ਕੇ ਮੇਰੇ ਇਲੈਕਸ਼ਨ ਚ ਵੀ ਆਉਣੇ ਨੇ ਸਾਰੇ ਤੋਂ ਪਰ ਮੈਂ ਸੋਚਦਾ ਕਿ ਹਾਂਜੀ ਕੁਸ਼ਨ ਤਾਂ ਹੋਣਗੇ ਜਦੋਂ ਅੱਜ ਕੈਪਟਨ ਸਾਹਿਬ ਭਾਜਪਾ ਨੂੰ ਕਹਿੰਦੇ ਨੇ ਕਿ ਉਹ ਮੈਂ ਉਹਨਾਂ ਦੇ ਨਾਲ ਗੱਠਜੋੜ ਕਰ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਵੇਂ ਦੇ ਵੀ ਹਾਲਾਤ ਬਣੇ ਕੁਸ਼ਨ ਇਸ ਕਰਕੇ ਵੀ ਹੋਣਗੇ ਕਿ ਕੈਪਟਨ ਸਾਹਿਬ ਦੇ ਕਰਕੇ ਹੀ ਕਾਂਗਰਸ ਨੇ ਪੰਜਾਬ ਦੇ ਵਿੱਚ ਪੈਰ ਲੱਗੇ ਉਹ ਹੀ ਕਾਂਗਰਸ ਜਮਾਤ ਦੇਤੇ ਤੇ 84 ਕਤਲੇਆਮ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਨੇ ਇਨਸਾਫ ਦੀ ਆਸ ਅੱਜ ਵੀ ਕੀਤੀ ਜਾਂਦੀ ਹੈ ਉਹੀ ਕਾਂਗਰਸ ਜਿਹਦੇ ਵਿੱਚ ਰਹਿ ਕੇ ਕੈਪਟਨ ਸਾਹਿਬ ਨੇ ਕਦੇ ਸੱਜਨ ਕੁਮਾਰ ਜਾਂ ਹੋਰ ਜਿੰਨੇ ਵੀ ਦੋਸ਼ੀ ਰਹੇ ਨੇ ਉਹਨਾਂ ਦੇ ਉੱਤੇ ਸਟੈਂਡ ਨਹੀਂ ਕੋਈ ਲਿਆ ਕਿ ਮੈਂ ਪਾਰਟੀ ਛੱਡ ਦਿੰਦਾ ਜੀ ਇਹ ਪਾਰਟੀ ਵਿੱਚੋਂ ਨਾ ਕੱਢੇ ਨਹੀਂ ਉਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹਨਾਂ ਬੰਦਿਆਂ ਦੇ ਹੱਕ ਵਿੱਚ ਵੀ ਗਲੇ ਉਹਨੇ ਕੁਝ ਨਹੀਂ ਕਿਹਾ ਸਟੈਂਡ ਲੈਣ ਦੀ ਮਾਮਲਾ ਹੈ ਕਾਨੂੰਨੀ ਮਾਮਲਾ ਹੈ ਉੱਥੇ ਉਹ ਇੱਕ ਗੱਲ ਤੇ ਬੜਾ ਕਲੀਅਰ ਹੈ ਜਿਹੜੀ ਗੱਲ ਕਾਨੂੰਨ ਦੇ ਹੱਥ ਹੱਦ ਵਿੱਚ ਆ ਗਈ ਹੈ ਉੱਥੇ ਇੰਡੀਵਿਜੂਅਲ ਨੇ ਕੁਝ ਨਹੀਂ ਕਰਨਾ ਦੂਜੀ ਵਾਰ ਇਹ ਹੋਇਆ ਅਮਰਿੰਦਰ ਨਾਲ ਪਹਿਲੀ ਵਾਰ ਟੌੜੇ ਨਾਲ ਹੋਇਆ ਸੀ ਜਦ ਗੁਰਦਪ ਸਿੰਘ ਮਰਹੂਮ ਜਗਰਦਪ ਸਿੰਘ ਟੌੜਾ ਨਾਲ ਬਾਦਲ ਸਾਹਿਬ ਨੇ ਕੀਤਾ ਸੀ ਟੌੜਾ ਸਾਹਿਬ ਨੇ ਮਹਿਸੂਸ ਕੀਤਾ ਕਿ ਮੇਰੀ ਬੇਇੱਜ਼ਤੀ ਕੀਤੀ ਆ ਉਵੇਂ ਹੀ ਉਹੀ ਫਿਕਰਾ ਜਿਹੜਾ ਮਰਿੰਦਰ ਕਹਿ ਰਿਹਾ ਹੈ ਤੇ ਟੌੜਾ ਸਾਹਿਬ ਨੇ ਪਾਰਟੀ ਵੀ ਬਣਾਈ ਤੇ ਕਾਲੀ ਦਲ ਹਰਾ ਦਿੱਤਾ ਅੱਜ ਮਰਿੰਦਰ ਸਿੰਘ ਕਹਿ ਰਿਹਾ ਹੈ ਨਾ ਅਜੇ ਤੇ ਕਾਂਗਰਸ ਆ ਉਹ ਉਹ ਪਾਰਟੀ ਜੇ ਬਣਾਊਗਾ ਤੇ ਉਹ ਟੌੜੇ ਵਾਲੇ ਪੈਟਰਨ ਤੇ ਕਾਂਗਰਸ ਨੂੰ ਹਰਾ ਸਕਦਾ ਹੈ ਆਪਣਾ ਕੁਝੀਸ ਬੁਆ ਸਕਦਾ ਨਾ ਕਿ ਠੀਕ ਹੈ ਟੌੜੇ ਵੜੇ ਇਹਦੇ ਉੱਤੇ ਪੈਟਰਨ ਤੇ ਕਾਂਗਰਸ ਨੂੰ ਹਰਾ ਸਕਦੇ ਨੇ ਪਰ ਇਹ ਇਹ ਚੀਜ਼ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤੀ ਜਦੋਂ ਪਹਿਲਾਂ ਕਦੋਂ ਕਰਦੇ ਪਹਿਲਾਂ ਕਦੋਂ ਕਰਦੇ ਸਰ ਦੱਸੋ ਨਾ ਮੈਂ ਪਹਿਲਾਂ ਕਦੋਂ ਕਰਦੇ ਪਹਿਲਾਂ ਅਜੇ ਵੀ ਨਹੀਂ ਕੀਤਾ ਉਹਨਾਂ ਨੇ ਅਜੇ ਵੀ ਕਹਿ ਹੀ ਰਹੇ ਨੇ ਕਾਂਗਰਸ ਦੇਖੋ ਸਿਆਸਤ ਵਿੱਚ ਕਹਿਣ ਦਾ ਕੋਈ ਮੈਨਾ ਨਹੀਂ ਹੈ ਕਰਨ ਦਾ ਮੈਨਾ ਹੈ ਕਹਿ ਲੂ ਤੇ ਉਹ ਮਤਲਬ ਉਹਦੇ راہਲ ਗਾਂਧੀ ਨਾਲ ਕਿੰਨੇ ਚਿਰ ਤੱਕਰਾ ਰਹੇ ਸੀਗੇ ਪਰ راہਲ ਗਾਂਧੀ ਨੇ ਜਦੋਂ ਕਰ ਦਿੱਤਾ ਉਹ ਸਾਹਮਣੇ ਆ ਗਿਆ ਹੁਣ ਇਹ ਹੈ ਵੀ ਮਰਿੰਦਰ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਉਹਨਾਂ ਦਾ ਕੰਮ ਹੈ ਕੋਈ ਗੱਲ ਨਹੀਂ ਕਾਂਗਰਸ ਦੇ ਵਿੱਚ ਪਰ ਮੈਂ ਤੇ ਅਸੀਂ ਤੇ ਇਹ ਕਹਿੰਦੇ ਆਂ ਵੀ ਅਮਰਿੰਦਰ ਦੇ ਇਹ ਅਲੀਗੇਸ਼ਨ ਨਹੀਂ ਲਾਇਆ ਜਾ ਸਕਦਾ ਕਿ ਉਹਨੇ 84 ਚ ਕੁਝ ਨਹੀਂ ਕੀਤਾ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਸਾਹਮਣੇ ਨੇ ਜਿਹੜਾ ਕੀਤਾ ਹੈ ਉਹ ਉਹ ਕੁਐਸਚਨ ਕਿਉਂ ਕੀਤਾ ਜਾ ਰਿਹਾ ਹੈ ਜੋ ਕੀਤਾ ਠੀਕ ਹੈ ਉਹਨੇ ਕਦੇ ਕਲੇਮ ਨਹੀਂ ਕੀਤਾ ਉਹਨੇ ਕਦੇ ਰਿਵਾਰਡ ਨਹੀਂ ਮੰਗਿਆ ਹੁਣ ਸਵਾਲ ਇਹ ਹੈ ਕਿ ਉਹਦਾ ਤੇ ਆਪਣਾ ਐਟੀਟਿਊਡ ਹੈ ਨਾ ਉਹਨੇ ਬਰਨਾਲੇ ਵਾਲੇ ਰਿਟੇਨ ਕੀਤਾ ਐਗਰੀਕਲਚਰ ਮਿਨਿਸਟਰ ਦੇ ਤੌਰ ਤੇ ਉਹ ਲੈ ਇੱਕ ਸਵਾਲ ਹੈ ਇਸ ਕਰਕੇ ਜਦੋਂ ਅਮਰਿੰਦਰ ਕਾਂਗਰਸ ਦੇ ਨੂੰ ਬਿਲਕੁਲ ਚੈਂਪੀਅਨ ਬਣਿਆ ਪੰਜਾਬ ਵਿੱਚ ਉਦੋਂ ਉਹ ਕਾਂਗਰਸ ਦੇ ਚਿਹਰੇ ਨਾਲ ਵੱਧ ਸਿੱਖ ਚਿਹਰਾ ਸੀਗਾ ਤੇ ਉਹ ਪੰਜਾਬੀ ਚਿਹਰਾ ਸੀਗਾ ਪੰਜਾਬ ਅੱਜ ਜਦੋਂ ਜਦੋਂ ਆਪ ਨੂੰ ਨਹੀਂ ਰਿਸਪੌਂਡ ਕਰ ਰਿਹਾ ਤੇ ਕੇਦਰੀ ਵੱਲ ਨੂੰ ਰਿਸਪੌਂਡ ਨਹੀਂ ਕਰ ਰਿਹਾ ਪੰਜਾਬ ਦੇ ਇਥੇ ਦੇ ਲੋਕਾਂ ਦਾ ਕੋਈ ਫਕਰ ਨਹੀਂ ਜੇ ਕੇ ਮਤਲਬ ਪੰਜਾਬ ਨੂੰ ਪੰਜਾਬ ਰਿਸਪੌਂਡ ਨਹੀਂ ਕਰੂਗਾ ਤੇ ਉਹ ਚੱਡੇ ਨੂੰ ਰਿਸਪੌਂਡ ਨਹੀਂ ਕਰੂਗਾ ਉਹ ਸਿੱਖ ਜਿਹੜਾ ਜਰਨੈਲ ਸਿੰਘ ਉਥੋਂ ਆਏ ਨੂੰ ਰਿਸਪੌਂਡ ਨਹੀਂ ਕਰੂਗਾ ਦਿੱਲੀ ਤੋਂ ਹੁਣ ਸਵਾਲ ਇਹ ਹੈ ਕਿ ਇਹ ਇਹ ਤੇ ਦੇਖ ਲੈ ਸਿਆਸਦਾਨਾਂ ਨੇ ਅਮਰਿੰਦਰ ਸੁਣ ਹੁਣੀ ਕੀ ਕਰਨਗੇ ਮੈਨੂੰ ਨਹੀਂ ਪਤਾ ਪਰ ਜੇ ਮੇਰਾ ਮੇਰੀ ਗੱਲ ਸੁਣਨ ਤਾਂ ਮੈਂ ਸਮਾਂਗਾ ਕਿ ਉਹਨਾਂ ਦੀ ਕਾਂਗਰਸ ਵਿੱਚ ਬੜੀ ਵੱਡੀ ਪੋਜੀਸ਼ਨ ਹੈ ਅਜੇ ਵੀ ਉਹ ਅਜੇ ਵੀ ਕਾਂਗਰਸ ਦੇ ਵੱਡੇ ਲੀਡਰਾਂ ਵਿੱਚੋਂ ਨੇ ਤੇ ਜੇ ਉਹ ਕਾਂਗਰਸ ਚੋਂ ਬਾਹਰ ਨਿਕਲ ਕੇ ਆਪਣਾ ਐਕਟ ਕਰਨਗੇ ਤੇ ਮੇਰੇ ਮੁਤਾਬਕ ਉਹਨਾਂ ਦੀ ਉਮਰ ਉਹਨਾਂ ਦੀ એનર્ਜੀ ਤੇ ਮਤਲਬ ਸਪੇਸ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਅਜੇ ਹਾਲੇ ਇਸ ਇਸ ਸਾਰੇ ਸਿਨੈਰੀਓ ਚ ਅਕਾਲੀ ਦਲ ਨੂੰ ਕਿੱਦਾਂ ਦੇਖਦੇ ਜਦੋਂ ਉਹ ਕਹਿੰਦਾ ਹੈ ਕਿ ਬੇਅਦਬੀਆਂ ਦੇ ਰਿਐਕਸ਼ਨ ਦੇ ਵਿੱਚ ਲੋਕ ਇਹ ਕਦਮ ਚੁੱਕਿਆ ਗਿਆ ਲਕੀਮਪੁਰ ਜੋ ਵੀ ਹੋ ਮਾਫ ਕਰਨਾ ਜਿਹੜਾ ਸਿੰਘੂ ਬਾਰਡਰ ਤੇ ਹੋਇਆ ਲੋਕਾਂ ਦੇ ਵਿੱਚ ਰੋਸ ਇੱਕ ਪਾਸਾ ਹੋਏ ਵੀ ਕਹਿੰਦੇ ਨੇ ਪਰ ਲੋਕ ਪੁੱਛਦੇ ਨੇ ਕਿ ਤੁਹਾਡੀ ਸਰਕਾਰ ਸੀ ਤੁਸੀਂ ਕੀ ਕੀਤਾ ਕੈਪਟਨ ਸਾਹਿਬ ਤੋਂ ਵੀ ਸਵਾਲ ਪੁੱਛਦੇ ਨੇ ਕਿ ਤੁਸੀਂ ਕਿਉਂ ਨਹੀਂ ਕਰ ਸਕੇ ਬਾਅਦ ਵਿੱਚ ਤੁਸੀਂ ਵੀ ਕਰਦੇ ਰਹੇ ਅਕਾਲੀ ਦਲ ਤੇ ਜਿਹੜਾ ਨਾ ਅਕਾਲੀ ਦਲ ਤੇ ਆਪਣੀ ਅਜੀਬ ਸਟੇਟਿਟੀ ਹੈ ਅਕਾਲੀ ਦਲ ਜਿਹੜਾ ਇਸ ਵੇਲੇ ਉਹ ਆਪਣੇ ਦੇ ਨੁਕਸਾਨ ਤੋਂ ਬਿਨਾ ਕਿਸੇ ਦਾ ਹੋਰ ਕੁਝ ਨਹੀਂ ਨੁਕਸਾਨ ਕਰ ਸਕਦਾ ਆਪਣੇ ਨੁਕਸਾਨ ਤੇ ਕਰ ਹੀ ਰਿਹਾ ਭਾਵੇਂ ਵਾਇਆ ਕਾਲ ਤਖਤ ਕਰੇ ਭਾਵੇਂ ਵਾਇਆ ਸ਼੍ਰੋਮਣੀ ਕਮੇਟੀ ਕਰੇ ਆਪਣੇ ਦਾ ਨੁਕਸਾਨ ਕਰ ਰਿਹਾ ਹੁਣ ਜਿਹੜੀਆਂ ਇਹ ਸਟੇਟਮੈਂਟ ਆ ਰਹੀਆਂ ਨੇ ਬਾਦਲ ਪਰਿਵਾਰ ਦੀਆਂ ਨੇ ਇਹ ਇਹ ਅਕਾਲੀ ਦਲ ਦੀਆਂ ਸਟੇਟਮੈਂਟਾਂ ਨਹੀਂ ਹਨ ਕਿਉਂਕਿ ਅਕਾਲੀ ਦਲ ਦੀ ਸਪਿਰਟ ਕੀ ਹੈ ਇਹ ਬਾਦਲ ਪਰਿਵਾਰ ਜਿਹੜਾ ਭੁੱਲ ਚੁੱਕਿਆ ਹੋਇਆ 95 ਦਾ ਉਹ ਅਕਾਲੀ ਦਲ ਦੀ ਅਕਾਲੀ ਸਪਿਰਟ ਹੈ ਅਕਾਲੀ ਇੱਤਿਹਾਸ ਜਿਹੜੀ ਹੈ ਉਹਨੂੰ ਛੱਡ ਚੁੱਕਿਆ ਹੋਇਆ 95 ਵਿੱਚ ਹੁਣ ਤੇ ਉਲਟ ਹੋ ਗਿਆ ਸਗੋ ਵੀ ਜਿਹੜੀ ਗੱਲ ਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਪਾਰਟੀ ਬਣਾਈ ਸੀ 95 ਚ ਸੁਖਬੀਰ ਸਿੰਘ ਬਾਦਲ ਨੇ ਐਸ ਵੇਲੇ ਉਹ ਪਾਰਟੀ ਜਿਹੜੀ ਹੈ ਉਹ ਇੱਕ ਸਰਵਦੇ ਭਲੇ ਵਾਲੀ ਪਾਰਟੀ ਬਣਾਤੀ ਹੈ ਤੇ ਇਹ ਤਾਂ ਸਰ ਵੱਡਾ ਵੱਡਾ ਸਰਵਦੇ ਭਲਾ ਯਾਨੀ ਉਹਨੇ ਮਤਲਬ ਜਾ ਕੇ ਦੇਵੀ ਪੂਜਨ ਚਲੇ ਜਾਣਾ ਦੂਜੇ ਚਲੇ ਜਾਣਾ ਇਹ ਅਕਾਲੀ ਦਲ ਦੇ ਪ੍ਰਧਾਨ ਦਾ ਕੰਮ ਨਹੀਂ ਹੀ ਰਿਹਾ ਹੁਣ ਉਹ ਅਕਾਲੀ ਦੇ ਤੌਰ ਤੇ ਇਕੱਲੀ ਅਕਾਲੀ ਲੜਨਾ ਚਾਹੁੰਦਾ ਹੁੰਤੇ ਉਹ ਪੰਜਾਬੀ ਪਾਰਟੀ ਦੇ ਤੌਰ ਤੇ ਵੀ ਅੱਗੋਂ ਡਿলিউਟਡ ਢੰਗ ਨਾਲ ਲੜਨਾ ਚਾਹਦਾ ਹੈ ਹੁਣ ਇਹਦੇ ਵਿੱਚ ਜਿਹੜਾ ਹੈ ਕੁਐਸਚਨ ਜਿਹੜਾ ਮੇਰੇ ਵਾਸਤੇ ਹੈ ਨਹੀਂ ਇਹ ਤੇ ਉਹਨਾਂ ਵਾਸਤੇ ਹੈ ਅਸਲ ਵਿੱਚ ਤੇਰਾ ਧਰਮ ਸੰਘਰਸ਼ ਕਟੋ ਵਿਧ ਨੂੰ ਕਾਲੀਦਲ ਖੜਾ ਕਰ ਰਿਹਾ ਹੈ ਉਹ ਆ ਕਾਲੀਦਲ ਦੇ ਕਾਡਰਦੰ ਅਕਾਲੀਦਲ ਦਾ ਕਾਡਰ ਟਿਕਟ ਲੈ ਕੇ ਖੁਸ਼ ਹੋ ਜਾਏ ਪਰ ਉਹਨਾਂ ਨੇ ਨਹੀਂ ਨਾ ਪਤਾ ਲੱਗਦਾ ਕਿ ਜੇ ਉਹ ਜਿੱਤਣਗੇ ਤੇ ਆਪਣੇ ਬਲ ਬੁੱਤਿਆਂ ਦੇ ਜਿੱਤਣਗੇ ਜੇ ਹਾਲ ਨਹੀਂਗੇ ਸਿਰਫ ਸੁਖਵੀਰ ਬਦਲ ਕਰਕੇ ਹਾਲ ਨਹੀਂਗੇ ਬਿਲਕੁਲ ਇਸ ਕਰਕੇ ਇਹ ਜਿਹੜਾ ਕਾਲੀਦਲ ਦਾ ਅਸਲੇ ਰੋਲ ਹੈ ਉਹ ਸਟੇਟਮੈਂਟ ਨਹੀਂ ਜਾਂਦੇ ਨੇ ਸਵੇਨਾ ਉਹ ਮਤਲਬ ਉਹ ਮਤਲਬ ਪਹਿਲਾਂ ਅਮਰਿੰਦਰ ਬਾਰੇ ਲਈ ਜਾਂਦੇ ਸੀ ਹੁਣ ਉਹ ਸਿੱਧੂ ਬਾਰੇ ਲਈ ਜਾਂਦੇ ਸੀ ਹੁਣ ਉਹ ਚਲਨੀ ਬਾਰੇ ਲਈ ਸਟੇਟਮੈਂਟਾਂ ਦੇ ਪੋਲਿਟਿਕਸ ਜਾਂ ਪੋਲਿਟਿਸ਼ੀਅਨ ਲਈ ਜਾਂਦਾ ਹੈ ਉਹਦਾ ਕੋਈ ਮੈਨਾ ਨਹੀਂ ਹੈ ਮੈਂ ਸਮਝਦਾ ਇਹ ਹਾਂ ਕਿ ਜਿਹੜੇ ਮਤਲਬ ਪੰਜਾਬ ਦੀ ਪੋਲਿਟਿਕਲ ਬਾਈ ਵਾਲੀ ਇਲੈਕਸ਼ਨ ਹੈ ਉਹਦੇ ਦੇ ਫੈਸਲਾ ਤੇ ਜਦੋਂ ਹੋਣਾ ਹੈ ਉਹਦੇ ਹੋਰ ਫੈਕਟਰ ਨੇ ਕਾਊਂਟ ਕਰਨ ਵਾਲੇ ਅਮਰਿੰਦਰ ਦਾ ਅਸਤੀਫਾ ਜਿਹੜਾ ਹੈ ਉਹ ਹੁਣ ਲਖਮੀ ਸ਼ੇਰ ਵਾਂਗੂ ਅਮਰਿੰਦਰ ਕਰਦਾ ਕੀ ਹੈ ਇਹ ਗੱਲ ਜ਼ਰੂਰ ਨਰਦਾਨਤ ਕਰੋਗੀ ਥੋੜਾ ਬਹੁਤਾ ਫਰਕ ਤੇ ਪਾਊਗਾ ਪਾਰੋ ਕਰਨਾ ਕੀ ਚਾਹੀਦਾ ਮੇਰੀ ਕੋਈ ਰਾਏ ਨਹੀਂ ਹੈ ਪਰ ਮੈਂ ਇੱਕ ਹਮਦਰਦ ਦੇ ਤੌਰ ਤੇ ਕਹਾਂਗਾ ਕਿ ਪਾਰਟੀਆਂ ਓਵਰਨਾਈਟ ਨਹੀਂ ਬਣਦੀਆਂ ਕੋਈ ਵੀ ਪਾਰਟੀ ਇਲੈਕਸ਼ਨ ਦੇ ਨੇੜੇ ਕੋਈ ਟੜਾ ਕੋਈ ਸੰਗ ਇਲੈਕਸ਼ਨ ਦੇ ਨੇੜੇ ਖੜਿਆ ਕੀਤਾ ਹੋਇਆ ਜਿਹੜਾ ਉਹ ਇੱਕ ਮੰਤਵ ਪੂਰਤੀ ਵਾਸਤੇ ਕੀਤਾ ਹੋਇਆ ਲੱਗਦਾ ਹੈ ਲੋਕ ਬਹੁਤਾ ਰਿਸਪੌਂਡ ਨਹੀਂ ਕਰਦੇ ਲੋਕਾਂ ਦੀ ਮਾਨਸਿਕਤਾ ਵਿੱਚ ਜਿਹੜੀ ਗੱਲ ਚਲੀ ਗਈ ਹੈ ਉਹ ਇਹ ਹੈ ਕਿ ਪੋਲੀਟੀਸ਼ੀਅਨ ਪੰਜਾਬ ਦੇ ਹਿੱਤ ਵਿੱਚ ਨਹੀਂ ਕੰਮ ਕਰ ਰਿਹਾ ਉਹ ਪੋਲੀਟੀਸ਼ੀਅਨ ਕੱਲਾ ਕੋਈ ਕਾਂਗਰਸ ਨਹੀਂ ਕੀ ਕਾਲੀ ਨਹੀਂ ਆਪ ਨਹੀਂ ਸਾਰੇ ਜੀ ਮੇਰਾ ਮੇਰਾ ਅਕਾਦਮੀਕ ਮੇਰਾ ਅਕਾਦਮੀਕ ਸਵਾਲਾ ਪ੍ਰੋਫੈਸਰ ਸਭ ਕੇ ਉਮਰ ਦੇ ਇਸ ਪੜਾਅ ਤੇ ਆ ਕੇ ਕੀ ਪ੍ਰਕਾਸ਼ ਸਿੰਘ ਬਾਦਲ ਹੁਰਾ ਨੂੰ ਜਦੋਂ ਗੱਲ ਅੱਜ ਪੰਜਾਬ ਦੇ ਅਧਿਕਾਰਾਂ ਦੀ ਪੰਜਾਬ ਦੀ ਖੁਦਮੁਖਤਿਆਰੀ ਦੀ ਕਰਦੇ ਨੇ ਪੰਜਾਬ ਦੇ ਫੈਡਰਲ ਢਾਂਚੇ ਦੇ ਹੱਕ ਵਿੱਚ ਬੋਲਣ ਦੀ ਗੱਲ ਕਰਦੇ ਨੇ ਇੱਕੋ ਇੱਕ ਖੇਤਰੀ ਪਾਰਟੀ ਦੀ ਗੱਲ ਕਰਦੇ ਨੇ ਕਿ ਉਹਨਾਂ ਨੂੰ ਚਾਹੀਦਾ ਨਹੀਂ ਕਿ ਅਕਾਲੀ ਦਲ ਦੀ ਸਥਿਤੀ ਨੂੰ ਜਾਂ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਲੈ ਕੇ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਲੋਕਾਂ ਦੇ ਵਿੱਚ ਆ ਕੇ ਕਿ ਕਿਸ ਤਰ੍ਹਾਂ ਤੁਸੀਂ ਪੰਥ ਦੀ ਅਗਵਾਈ ਕਰੋ ਜਾਂ ਅਕਾਲੀ ਦਲ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਹੈ ਇਸੇ ਢੰਗ ਨਾਲੇ ਚੱਲਦੇ ਰਹਿਣਾ ਦੇਖੋ ਇਹ ਇਸੇ ਢੰਗ ਨਾਲੇ ਚੱਲਦੇ ਰਹਿਣਾ ਕਿਉਂਕਿ ਪ੍ਰਕਾਸ਼ ਸਿੰਘ ਜਿਹੜਾ ਬਾਦਲ ਕੇ ਲੈਣਾ ਉਹਨਾਂ ਦੇ ਪੈਰ ਇਸ ਬਟੇਰਾ ਆ ਗਿਆ ਹੋਇਆ ਹੈ ਉਹ ਉਹਨੂੰ ਛੱਡਣਾ ਨਹੀਂ ਚਾਹਦੇ ਭਾਈ ਦੀ ਇਲੈਕਸ਼ਨ ਨੇ ਫੈਸਲਾ ਕਰਨਾ ਹੈ ਕਿ ਬਾਦਲ ਪਰਿਵਾਰ ਨੇ ਪੋਲਿਟਿਕਸ ਵਿੱਚ ਰਹਿਣੇ ਲਈ ਰਹਿਣਾ ਜੇ ਤੇ ਭਾਈ ਦੀ ਇਲੈਕਸ਼ਨ ਵਿੱਚ ਸੁਖਵੀਰ ਸਿੰਘ ਬਾਦਲ ਕਿਸੇ ਤਰ੍ਹਾਂ ਜਿਹੜੇ ਪੰਡਤੋੜਾ ਹੋ ਰਹੀਆਂ ਨੇ ਰਲ ਮਿਲ ਕੇ ਕਿਸੇ ਜਿਹੜਾ ਕੋ ਤਹੁਰੇ ਪੇ ਕਿਵੇਂ ਨਾ ਕਿਵੇਂ ਬਰਾ ਸਿਆਸਤ ਦੇ ਸਿੰਘਾਂ ਨੂੰ ਹੱਥ ਪਵਾਓ ਬਾਅਦ ਵਿੱਚ ਤੁਸੀਂ ਜੋ ਕਹੋਗਾ ਮੈਂ ਉਹ ਕਰੂੰਗਾ ਉਹ ਕਹਿ ਰਿਹਾ ਉਹਦੇ ਬੱਲੇ ਪੋਲਿਟਿਕ ਤਾਂ ਹੈ ਹੀ ਨਹੀਂ ਸੁਖਵੀਰ ਸਿੰਘ ਬਾਦਲ ਉਹਦੇ ਕਾਰਪੋਰੇਟ ਦਾ ਬੰਦਾ ਹੈ ਤੇ ਜਿਹੜਾ ਪੀਟੀ ਪੀਟੀਸੀ ਹੈ ਉਹ ਕਾਰਪੋਰੇਟ ਨੂੰ ਸਬਸਕ੍ਰਾਈਬ ਕਰ ਰਿਹਾ ਮਤਲਬ ਉਹ ਪੰਥ ਨੂੰ ਸਬਸਕ੍ਰਾਈਬ ਨਹੀਂ ਕਰ ਰਿਹਾ ਤੁਸੀਂ ਦੇਖੋ ਨਾ ਤੇ ਮਤਲਬ ਸਰਸੇ ਵਾਲੇ ਸੰਤ ਨੂੰ ਸਜ਼ਾ ਹੋ ਗਈ ਸਰਸੇ ਵਾਲਾ ਸੰਤ ਪੰਜਾਬ ਦੀਆਂ ਸਮੱਸਿਆਵਾਂ ਦੀ ਜੜ ਹੈ। ਅਕਾਲੀ ਲਾਡਾ ਕੋਈ ਸਟੇਟਮੈਂਟ ਨਹੀਂ। ਪੀ.ਡੀ.ਸੀ ਦੇ ਕੋਈ ਸਟੇਟਮੈਂਟ ਨਹੀਂ। ਬਾਦਲ ਸਾਹਿਬ ਦੀ ਕੋਈ ਸਟੇਟਮੈਂਟ ਨਹੀਂ। ਕਾਂਗਰਸੀ ਦੀ ਕੋਈ ਸਟੇਟਮੈਂਟ ਨਹੀਂ। ਮੰਤਰੀ ਮੈਨੂੰ ਇਹ ਦੇਖੋ ਅਸਲ ਪ੍ਰੋਬਲਮ ਵਾਲਾ ਸਿਆਸਤਦਾਨ ਨਹੀਂ ਆਉਣਾ ਚਾਹੁੰਦਾ। ਸਿਆਸਤਦਾਨ ਦੇ ਧਿਆਨ 'ਚ ਇਹ ਹੈ ਕਿ ਇੱਕ ਵੋਟ ਟੁੱਟਦੀ ਹੈ ਕਿ ਇੱਕ ਵੋਟ ਬਣਦੀ ਹੈ। ਉਹ ਇਸ ਕੈਲਕੂਲੇਸ਼ਨ 'ਚ ਪਿਆ ਹੋਇਆ ਹੈ। ਵੋਟ ਪੋਲਿਟਿਕਸ ਜਿਹੜੀ ਹੈ ਉਹਦੇ ਵਿੱਚੋਂ ਨੈਤਿਕਤਾ ਕਿਰ ਗਈ ਹੋਈ ਹੈ। ਕਿਸੇ ਕੋਲੋਂ ਜਿਹੜੀ ਤੁਸੀਂ ਸਵਾਲ ਕਰ ਰਹੇ ਬਾਦਲ ਸਾਨੂੰ ਆ ਕੇ ਕਹਿਣਾ ਚਾਹੀਦਾ ਉਹ ਨੈਤਿਕਤਾ ਦੇ ਆਧਾਰ ਤੇ ਕਰ ਰਹੇ ਹੋ ਉਹ ਆਪਣੀ ਗੱਲ ਜਿਹੜੀ ਸਿਆਸਤ ਦੇ ਹਿਸਾਬ ਨਾਲ ਕਰ ਰਹੇ ਨੇ ਇਸ ਕਰਕੇ ਕਿਸੇ ਨੂੰ ਕੋਈ ਆਸ ਰੱਖਣੀ ਜਿਹੜੀ ਸਿਆਸਤਾਂ ਤੋਂ ਨਹੀਂ ਰੱਖਣੀ ਚਾਹੀਦੀ ਇਹ ਪਰਮੂਲੇਸ਼ਨ ਕੰਬੀਨੇਸ਼ਨ ਹੈ ਭਈ ਮਤਲਬ ਲਾਭ ਲਾ ਕੇ ਕੌਣ ਜਿੱਤ ਜਾਂਦਾ ਪਰ ਜਦੋਂ ਅਮਰਿੰਦਰ ਜਿੱਤਿਆ ਸੀ ਉਹ ਕੱਲਾ ਜਿੱਤਿਆ ਸੀ ਉਹ ਕਾਂਗਰਸ ਦਾ ਇਮੇਜ ਜਿਹੜਾ ਉਹਨੂੰ ਮਤਲਬ باوجود ਉਹਨੂੰ ਹਾਸ਼ੀਏ ਤੇ ਤੱਕ ਜਿੱਤਿਆ ਸੀ 84 ਵਾਲਾ ਇਮੇਜ ਨੂੰ ਇਸ ਕਰਕੇ ਜਿਹੜਾ ਅਮਰਿੰਦਰ ਮਾਡਲ ਹੈ ਉਹ ਕਾਂਗਰਸ ਦਾ ਗਵਾਚ ਗਿਆ ਹੈ ਕਾਂਗਰਸ ਨੂੰ ਮੁੜ ਕੇ ਜੇ ਆਉਣਾ ਉਹਨਾਂ ਨੇ ਤੇ ਮਰਿੰਦਰ ਬਾਦਲ ਖੜਾ ਕਰਨਾ ਪਾਏਗਾ ਉਹ ਸੈਂਟਰ ਦੇ ਆਸਰੇ ਬਿਲਕੁਲ ਨਹੀਂ ਜਿੱਤ ਸਕਦੇ ਮੇਰਾ ਵਿਸ਼ਵਾਸ ਹੈ ਤੇ ਇਥੋਂ ਅਕਾਲੀ ਦਲ ਜਿਹੜਾ ਉਹ ਆਪਣੇ ਪੈਰ ਛੱਡ ਗਿਆ ਹੈ ਉਹਦਾ ਵੀ ਇਮੇਜ ਇਹ ਚਲਾ ਗਿਆ ਕਿ ਬਗੈਰ ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਨੂੰ ਗੋਡੇ ਟੇਕਣ ਤੋਂ ਬਿਨਾ ਉਹ ਕੁਝ ਨਹੀਂ ਕਰ ਰਹੇ ਉਹ ਕਰ ਰਹੇ ਨੇ ਬਸ ਚਲੀ ਜਾਂਦਾ ਮੈਂ ਮੈਨੂੰ ਤੇ ਉਹ ਓਵਰਆਲ ਇਹ ਹੀ ਲੱਗਦਾ ਹੈ ਉਹਦੇ ਵਿੱਚ ਜਿਹੜੇ ਨਿਕਲੇ ਕੇ ਹੋਰ ਘਟਲਾਵਾਂ ਵਾਪਰ ਜਾਂਦੀਆਂ ਨੇ ਉਹ ਜਿੰਨੂੰ ਜੀ ਕਰਦਾ ਹੈ ਉਹ ਡੰਡੇ ਵਾਂਗੂ ਫੜਦਾ ਹੈ ਤੇ ਬਲੋਦੀ ਦੇ ਸਿਰ 'ਚ ਮਾਰ ਦਿੰਦਾ ਹੈ। ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਿਤੇ ਕੋਈ ਸਵਾਲ ਨਹੀਂ ਪੈਦਾ ਹੋ ਰਿਹਾ, ਕਿਤੇ ਕੋਈ ਸਵਾਲ ਦਾ ਜਵਾਬ ਦੇਣ ਲਈ ਤਿਆਰ ਨਹੀਂ। ਜਿਹੜਾ ਸਵੇਰੇ ਉੱਠ ਕੇ ਕਿਸੇ ਨੂੰ ਠੀਕ ਲੱਗਦਾ ਉਹ ਸਟੇਟਮੈਂਟ ਦੇ ਦਿੰਦਾ ਹੈ ਤੇ ਉਹਦੇ ਨਾਲ ਆਮ ਬੰਦੇ ਦਾ ਕੋਈ ਪਰ ਆਮ ਬੰਦਾ ਜਿਹੜਾ ਉਹ ਬੜਾ ਕਲੀਅਰ ਹੈ। ਉਹ ਬਾਈ ਦੀ ਇਲੈਕਸ਼ਨ ਵਿੱਚ ਇਹ ਫੈਸਲਾ ਕਰੂਗਾ ਔਰ ਆਪਣੇ ਆਪ ਫੈਸਲਾ ਕਰੂਗਾ ਕਿ ਕਿਹਨੂੰ ਅੱਗੇ ਲਿਆਉਣਾ ਤੇ ਕਿਹਨੂੰ ਅੱਗੇ ਨਹੀਂ ਲਿਆਉਣਾ। ਸ਼ੁਕਰੀਆ ਪ੍ਰੋਫੈਸਰ, ਧੰਨਵਾਦ ਤੁਹਾਡਾ। ਵੈਕਟਿਕਾ ਖਾਲਸਾ ਵੈਕਟਿਕਾ ਬਹੁਤ ਜੀ ਕੀ ਫਤਿਹ ਸੋ ਮੇਰੇ ਨਾਲ ਮੌਜੂਦ ਸਨੂਗੇ ਵਿਦਵਾਨ ਪ੍ਰੋਫੈਸਰ ਬਲਕਾਰ ਸਿੰਘ ਗੱਲਬਾਤ ਅਸੀਂ ਸਰਬ ਲੋਕ ਗ੍ਰੰਥ ਤੋਂ ਸਿਆਸਤ ਦੇ ਵਿੱਚ ਜਿਹੜੀ ਲਗਾਤਾਰ ਵਿਅਦਬੀ ਨੂੰ ਲੈ ਕੇ ਹਰ ਕੋਈ ਆਪੋ ਆਪਣਾ ਤੀਰ ਤੁਕਾ ਚਲਾ ਰਿਹਾ ਉਹਦੇ ਉੱਤੇ ਚਰਚਾ ਕੀਤੀ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ